ਸਰਬਜੀਤ ਜੀ, ਹੁਣ ਬਿਕਰਮ ਮਜੀਠੀਆ ਦੀ ਜਿਹੜੀ ਅਗਾਊਂ ਜ਼ਮਾਨਤ ਸੀ ਉਹਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਜੀ। ਵਾਸੂ ਜੀ, ਅੱਜ ਤੋਂ ਯਾਨੀ ਮੰਗਲਵਾਰ ਤੋਂ ਜੀ ਜਿਹੜੀ ਇਹ ਨਾਮਜ਼ਦਗੀਆਂ ਦਾਖਲ ਹੋਣੀਆਂ ਸ਼ੁਰੂ ਹੋ ਜਾਣੀਆਂ, ਔਰ ਚਾਰ ਪੰਜ ਦਿਨ ਹੀ ਹੁੰਦੇ ਨੇ ਜਦੋਂ ਤੁਸੀਂ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਦੇ ਹੋ, ਫਿਰ ਆਪਣਾ ਦਾਅਵਾ ਕਰਦੇ ਹੋ ਕਿ ਅਸੀਂ ਅਗਲੀਆਂ ਚੋਣਾਂ ਲੜਨੀਆਂ ਨੇ। ਬਿਕਰਮ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੀ ਜਿਹੜੀ ਸੀਟ ਹੈ ਮਜੀਠੇ ਤੋਂ ਖੜਾ ਕੀਤਾ ਹੋਇਆ, ਔਰ ਪਿਛਲੇ ਦਿਨ ਇਹ ਵੀ ਗੱਲ ਆ ਰਹੀ ਸੀ ਕਿ ਨਵਜੋਤ ਸਿੱਧੂ ਦੇ ਖਿਲਾਫ਼ ਵੀ ਸ਼ਾਇਦ ਬਿਕਰਮ ਮਜੀਠੀਆ ਨੂੰ ਖੜਿਆ ਕੀਤਾ ਜਾ ਸਕਦਾ ਅੰਮ੍ਰਿਤਸਰ ਈਸਟ ਤੋਂ ਜੀ। ਪਰ ਜਿਹੜੀ ਕੇਸ ਜਿਹੜਾ ਕੇਸ ਦੀ ਤਲਵਾਰ ਜਿਹੜੀ ਲਟਕ ਰਹੀ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਤੇ, ਡਰੱਗਸ ਮਾਮਲੇ ਦੇ ਉੱਤੇ ਐਫ ਆਈ ਆਰ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਟਣ ਤੋਂ ਬਾਅਦ, ਫਿਰ ਜਿਹੜਾ ਪੂਰਾ ਰੇੜਕਾ ਚੱਲਿਆ, ਕਈ ਡੀ ਜੀ ਪੀ ਬਦਲੇ ਗਏ, ਐਡਵੋਕੇਟ ਜਨਰਲ ਬਦਲੇ ਗਏ, ਅੰਤ ਦੇ ਵਿੱਚ ਜਾ ਕੇ ਇਹ ਕੇਸ ਰਜਿਸਟਰ ਹੋਇਆ, ਔਰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਦੇ 'ਤੇ ਜਦੋਂ ਸਿਧਾਰਥ ਚੱਟੋਪਾਧਿਆ ਨੇ ਆਪ ਖੁਦ ਇਹਦੇ 'ਚ ਜਿਹੜੇ ਸ਼ਿਕਾਇਤਕਰਤਾ ਬਣ ਕੇ ਉਹਨਾਂ ਨੇ ਜਿਹੜੀ ਸਪੈਸ਼ਲ ਟਾਸਕ ਫੋਰਸ ਸੀ ਹਰਪ੍ਰੀਤ ਸਿੱਧੂ ਉਹਨਾਂ ਦੀ ਰਿਪੋਰਟ ਜਿਹੜੀ ਹਾਈ ਕੋਰਟ 'ਚ ਪਈ ਸੀ ਉਹਨੂੰ ਆਧਾਰਿਤ ਕਰਕੇ ਇੱਕ ਕੇਸ ਬਿਕਰਮ ਮਜੀਠੀਆ ਦੇ ਖਿਲਾਫ਼ ਕੀਤਾ। ਸੋ ਬਿਕਰਮ ਮਜੀਠੀਆ ਨੇ ਉਦੋਂ ਇੱਕ ਅਰਜ਼ੀ ਲਾਈ ਸੀ ਜ਼ਮਾਨਤ ਵਾਸਤੇ, ਉਹ ਲੋਅਰ ਕੋਰਟ ਨੇ ਰੱਦ ਕਰਤੀ, ਫਿਰ ਇਹਨਾਂ ਨੂੰ ਇੰਟੈਰਮ ਬੇਲ ਮਿਲ ਗਈ। ਇੰਟੈਰਮ ਬੇਲ ਮਿਲਣ ਤੋਂ ਬਾਅਦ ਸਾਨੂੰ ਚੇਤੇ ਆਇਆ ਜੀ ਕਿ ਅਕਾਲੀ ਦਲ ਨੇ ਭੰਗੜੇ ਪਾਏ, ਲੱਡੂ ਵੰਡੇ ਗਏ, ਆਤਿਸ਼ਬਾਜ਼ੀ ਚਲਾਈ ਗਈ, ਔਰ ਉਦੋਂ ਅਕਾਲੀ ਦਲ ਨੇ ਇਹ ਕਿਹਾ ਕਿ ਸਾਨੂੰ ਜੁਡੀਸ਼ਰੀ ਦੇ ਉੱਤੇ ਪੂਰਾ ਵਿਸ਼ਵਾਸ ਆ, ਅੱਜ ਕਿੰਨਾ ਕੁ ਬਚਿਆ ਦੇਖੋ ਕੀ ਕਹਿੰਦੇ ਨੇ। ਅਤੇ ਉਸ ਕੇਸ ਦੀ ਜਿਹੜੀ ਇਹ ਸੀਗਾ ਜੀ ਕਿ ਜਦੋਂ ਇੰਟੈਰਮ ਬੇਲ ਮਿਲੀ ਤਾਂ ਹਾਈਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਸੀ ਕਿ ਜਿਹੜੀ ਐੱਸ ਆਈ ਟੀ ਹੈ ਉਹਦੇ ਵਿੱਚ ਜਾ ਕੇ ਪ੍ਰੋਪਰ ਕੋਆਪਰੇਟ ਕਰਨਾ, ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਹਿੱਸਾ ਲੈਣਾ। ਬਿਕਰਮ ਸਿੰਘ ਮਜੀਠੀਆ ਜਾ ਕੇ ਇਹ ਤਿੰਨ ਚਾਰ ਵਾਰੀ ਐੱਸ ਆਈ ਟੀ ਦੇ ਸਾਹਮਣੇ ਪੇਸ਼ ਹੋਏ, ਪਰ ਜਦੋਂ ਕੱਲ੍ਹ ਇਹ ਕੇਸ ਸਾਹਮਣੇ ਆਇਆ ਹਾਈਕੋਰਟ ਦੇ ਸਾਹਮਣੇ ਤਾਂ ਸਰਕਾਰੀ ਪੱਖ ਵੱਲੋਂ ਜਿਹਦੇ 'ਚ ਪੀ ਚਿਦੰਬਰਮ ਸਾਬਕਾ ਜਿਹੜੇ ਯੂਨੀਅਨ ਮੰਤਰੀ ਨੇ ਉਹ ਸਰਕਾਰ ਵੱਲੋਂ ਪੇਸ਼ ਹੋਏ, ਉਹਨਾਂ ਨੇ ਇਹ ਕਿਹਾ ਕਿ ਬਿਕਰਮ ਮਜੀਠੀਆ ਕੋਆਪਰੇਟ ਨਹੀਂ ਕਰ ਰਹੇ, ਤਾਂ ਕੋਰਟ ਨੇ ਬਿਕਰਮ ਮਜੀਠੀਆ ਦੀ ਜਿਹੜੀ ਇੰਟੈਰਮ ਬੇਲ ਸੀ ਉਹ ਖਾਰਜ ਵੀ ਕੀਤੀ ਅਤੇ ਜਿਹੜੀ ਐਂਟੀਸਪੇਟਰੀ ਬੇਲ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਡਿਸਮਿਸ ਕਰ ਦਿੱਤਾ। ਅਤੇ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਕਦੇ ਵੀ ਅਰੈਸਟ ਕਰ ਸਕਦੀ ਹੈ। ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਇੱਕ ਦਿੱਲੀ ਤੋਂ ਆਏ ਹੋਏ ਸੀ ਅਤੇ ਨਾਲ ਆਰ ਐੱਸ ਚੀਮਾ, ਉਹਨਾਂ ਨੇ ਕੋਰਟ ਕੋਲੋਂ ਇੱਕ ਇਹ ਪਰਮਿਸ਼ਨ ਮੰਗੀ ਹੈ ਕਿ ਸਾਡੀ ਇਹ ਜਿਹੜਾ ਸਰੈਂਡਰ ਕਰਨ ਦਾ, ਜਿਹੜਾ ਬਿਕਰਮ ਮਜੀਠੀਆ ਨੂੰ ਹੁਣ ਸਰੈਂਡਰ ਕਰਨਾ ਪੈਣਾ ਕਿ ਸਰੈਂਡਰ ਕਰਨ ਦਾ ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਅਸੀਂ ਜਾਂ ਤਾਂ ਸੁਪਰੀਮ ਕੋਰਟ ਜਾਂ ਇੱਕ ਡਬਲ ਬੈਂਚ ਦੇ ਸਾਹਮਣੇ ਪੇਸ਼ ਹੋ ਜਾਈਏ ਅਤੇ ਨਾਲ ਹੀ ਜਿਹੜੀਆਂ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣ। ਜਿਹੜਾ ਹਾਈਕੋਰਟ ਦਾ ਵਾ ਜੀ ਡਿਟੇਲਡ ਆਰਡਰ ਹਾਲੇ ਨਹੀਂ ਆਇਆ, ਉਹ ਹੋ ਸਕਦਾ ਸ਼ਾਇਦ ਅੱਜ ਬਾਅਦ ਦੁਪਹਿਰ ਇਸ਼ੂ ਹੋ ਜਾਵੇ। ਉਹਦੇ ਵਿੱਚ ਕੀ ਬਿਕਰਮ ਮਜੀਠੀਆ ਨੂੰ ਇਹ ਛੋਟ ਦਿੱਤੀ ਜਾਂਦੀ ਹੈ ਕਿ ਨਹੀਂ, ਇਹ ਬਹੁਤ ਅਹਿਮ ਗੱਲ ਹੋਏਗੀ। ਜੇ ਛੋਟ ਨਹੀਂ ਮਿਲਦੀ ਤਾਂ ਬਿਕਰਮ ਮਜੀਠੀਆ ਕੋਲੋਂ ਆਪਣੇ ਨਾਮਜ਼ਦਗੀਆਂ ਦਾਖਲ ਕਰਨ ਦਾ ਬਾਹਲਾ ਟਾਈਮ ਸ਼ਾਇਦ ਨਾ ਮਿਲੇ, ਔਰ ਐਤਕੀ ਦੀਆਂ ਚੋਣਾਂ ਖੁੰਝਣੀਆਂ ਪੈ ਸਕਦੀਆਂ। ਦੂਸਰੀ ਗੱਲ ਇਹਦੇ ਵਿੱਚ ਵਾਸੂ ਜੀ ਇਹ ਵੀ ਆਉਂਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਲੱਗ ਰਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਬਿਕਰਮ ਮਜੀਠੀਆ ਦੇ ਖਿਲਾਫ਼ ਕੋਈ ਠੋਸ ਸਬੂਤ ਨਹੀਂ ਬਣ ਰਹੇ, ਉਹ ਮੌਜੂਦਾ ਸਰਕਾਰ ਜਿਹੜੀ ਚੰਨੀ ਸਰਕਾਰ ਆ ਜਾਂ ਗ੍ਰਹਿ ਮੰਤਰੀ ਹੈ ਨਵਜੋਤ ਸਿੱਧੂ ਹੈ, ਐਡਵੋਕੇਟ ਜਨਰਲ ਦਾ ਆਫਿਸ ਹੈ, ਡੀ ਜੀ ਪੀ ਹੈ, ਜਿਹੜਾ ਉਹਨਾਂ ਨੇ ਕੇਸ ਬਣਾ ਕੇ ਪੇਸ਼ ਕੀਤਾ ਉਹਦੇ 'ਤੇ ਬਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲ ਰਹੀ। ਔਰ ਇਹੋ ਜਿਹੇ ਕੇਸਿਸ ਪਹਿਲਾਂ ਵੀ ਆਏ ਨੇ, ਜਿਸ ਤਰ੍ਹਾਂ ਸੁਮੇਧ ਸੈਣੀ ਦਾ ਕੇਸ ਸੀ ਜਿਹਦੇ ਉੱਤੇ ਬਹਿਬਲ ਕਲਾਂ ਦੇ ਸ਼ੂਟਿੰਗ ਦਾ ਸੀ, ਮਰਡਰ ਦੇ ਚਾਰਜੇ ਸੀ ਸਾਰੇ ਦੇ ਸਾਰੇ, ਉੱਥੇ ਸੁਮੇਧ ਸੈਣੀ ਨੂੰ ਜਿਹੜੀ ਸੀਗੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਜ਼ਮਾਨਤਾਂ ਦਿੱਤੀਆਂ। ਉਹੋ ਜਿਹੇ ਕੇ ਵੀ ਹੁਣ ਇਹ ਦੇਖੋ ਕਿ ਕੇਸ ਇਹੋ ਜਿਹਾ ਵਾ ਬਿਕਰਮ ਮਜੀਠੀਆ ਦੇ ਸਾਹਮਣੇ, ਇੱਕ ਤਾਂ ਜ਼ਮਾਨਤ ਨਹੀਂ ਮਿਲ ਰਹੀ, ਦੂਸਰਾ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਸਵਾਲ ਹੈ, ਤੀਸਰੀ ਗੱਲ ਇਹ ਆ ਕਿ ਜਿਹੜਾ ਡਰੱਗ ਇਸ਼ੂ ਦੇ ਉੱਤੇ ਇਹ ਕਿਹਾ ਜਾ ਰਿਹਾ ਸੀ ਕਿ ਪੋਲੀਟੀਕਲੀ ਮੋਟੀਵੇਟਡ ਕੇਸ ਆ, ਉਹਦੀ ਜਿਹੜੀ ਇੱਕ ਜੁਡੀਸ਼ੀਅਲ ਸਕਰੂਟਨੀ ਆ ਉਹਦੇ ਵਿੱਚ ਇਹ ਬਿਕਰਮ ਮਜੀਠੀਆ ਹੁਣ ਫਸਦੇ ਨਜ਼ਰ ਆ ਰਹੇ ਨੇ। ਜਿਹੜਾ ਇਹ ਕਲੰਕ ਕਿਸੇ ਲੈਵਲ ਦੇ ਉੱਤੇ ਲੱਗਿਆ ਹੋਇਆ ਸੀ ਉਹਦੇ 'ਚ ਇਹ ਤੁਸੀਂ ਸਮਝ ਸਕਦੇ ਹੋ ਕਿ ਉਹ ਪੱਕਾ ਹੁੰਦਾ ਜਾ ਰਿਹਾ ਅਤੇ ਇਹਦੇ ਤੋਂ ਖਹਿੜਾ ਛੁੜਨਾ ਸ਼ਾਇਦ ਆਉਣ ਵਾਲੇ ਟਾਈਮ 'ਚ ਬਿਕਰਮ ਮਜੀਠੀਆ ਨੂੰ ਮੁਸ਼ਕਲੇ ਹੋਏ। ਪੰਦੇਸ਼ ਸਾਹਿਬ, ਹੁਣ ਪਟਿਆਲਾ ਦੇ ਕਾਲੀ ਮੰਦਰ ਵਿੱਚ ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹੋ ਜਿਹਾ ਪ੍ਰਤੀਕਰਮ ਆ ਰਿਹਾ ਜੀ? ਵਾਸੂ ਜੀ, ਇਹ ਬਹੁਤ ਹੀ ਖਤਰਨਾਕ ਘਟਨਾ ਹੋਈ।
ਇਹ ਜਿਹੜੇ ਪੰਜਾਬ ਦੇ ਕਾਲੇ ਦੌਰ ਦੀਆਂ ਯਾਦਾਂ ਤਾਜ਼ੀਆਂ ਫੇਰ ਕਰਾ ਦਿੱਤੀਆਂ ਇਸ ਇੰਸੀਡੈਂਟ ਨੇ। ਪਿਛਲੇ ਦਿਨੀ ਆਪਾਂ ਨੂੰ ਸਾਰਿਆਂ ਨੇ ਦੇਖਿਆ ਕਿ ਜਿਸ ਤਰ੍ਹਾਂ ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਨੇ ਜੰਗਲਾ ਟੱਪ ਕੇ ਜਾ ਕੇ ਸ੍ਰੀ ਸਾਹਿਬ ਨੂੰ ਹੱਥ ਪਾ ਲਿਆ, ਅਤੇ ਜਦ ਨੂੰ ਉੱਥੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਉਹਨੂੰ ਕਾਬੂ ਕਰ ਲਿਆ, ਫਿਰ ਬਾਅਦ 'ਚੋਂ ਉਸ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਜਿਹਨੂੰ ਮੌਬ ਲਿੰਚਿੰਗ ਕਹਿੰਦੇ ਆ। ਬੇਸ਼ੱਕ ਉਹ ਸਾਹਮਣੇ ਬਹੁਤ ਸਾਰੇ ਲੋਕਾਂ ਦੀ ਉਹਦੇ 'ਤੇ ਕਿੰਤੂ ਪਰੰਤੂ ਵੀ ਆਏ, ਪਰ ਉਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਨਿਰੰਤਰ ਲੈਵਲ ਦੇ ਉੱਤੇ ਜਿਹੜੀਆਂ ਬੇਅਦਬੀਆਂ ਦੀਆਂ ਘਟਨਾਵਾਂ ਚੱਲ ਰਹੀਆਂ ਨੇ, ਹੁਣ ਸ਼ਾਇਦ ਮੰਦਰਾਂ ਦੇ ਵਿੱਚ ਵੀ ਹੋਣਗੀਆਂ, ਤਾਂ ਕਿ ਕਿਸੇ ਲੈਵਲ ਦੇ ਉੱਤੇ ਜਿਹੜਾ ਹੈਗਾ ਜੀ ਫਿਰਕੂ ਫਸਾਦ ਪੰਜਾਬ ਦੇ ਵਿੱਚ ਹੋਵੇ। ਔਰ ਚੋਣਾਂ ਦਾ ਮਾਹੌਲ ਬਣ ਰਿਹਾ, ਔਰ ਬਿਲਕੁਲ ਉਸੇ ਤਰਜ਼ ਦੇ ਉੱਤੇ ਇੱਕ ਨੌਜਵਾਨ ਜੀ ਨੇ ਆਪਣਾ ਮੂੰਹ ਬੰਨਿਆ ਹੋਇਆ ਸੀਗਾ, ਔਰ ਉਹ ਬੰਦਾ ਜਾ ਕੇ ਜਿਹੜਾ ਜਿੱਥੇ ਕਾਲੀ ਮਾਤਾ ਇਤਿਹਾਸਕ ਮੰਦਰ ਹੈ ਪਟਿਆਲੇ ਦੇ ਵਿੱਚ ਸ਼ੇਰਾਂ ਵਾਲੇ ਗੇਟ 'ਚ, ਜਿਹੜੇ ਲੋਕ ਪਟਿਆਲੇ ਨਾਲ ਜਾਣਦੇ ਨੇ ਜਾਣ ਉਹਨਾਂ ਨੂੰ ਇਸ ਮੰਦਰ ਦੇ ਬਾਰੇ ਪਤਾ ਹੋਏਗਾ, ਉਹਦੇ ਥੜੇ 'ਤੇ ਜਾ ਕੇ ਮਾਤਾ ਦੀ ਜਿਹੜੀ ਮੂਰਤੀ ਸੀ ਉਸਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਦੇ ਨਾਲ ਉਹ ਬੰਦਾ ਵਧਿਆ, ਪਰ ਜਿਹੜੇ ਪੁਜਾਰੀ ਸੀ ਉਹ ਸਤਰਕ ਸੀ, ਉਹਨਾਂ ਨੇ ਉਹਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਕਿਹਾ ਬੇਸ਼ੱਕ ਜਾਂਦਾ ਕਿ ਨੈਣ ਕਲਾਂ ਪਿੰਡ ਹੈ ਪਟਿਆਲੇ ਦੇ ਨੇੜੇ, ਉੱਥੋਂ ਦਾ ਇਹ ਵਸਨੀਕ ਹੈ, ਪਰ ਇਸ ਦੇ ਬਾਅਦ ਸਾਰੇ ਪਾਸਿਓਂ ਸਾਰੀਆਂ ਪਾਰਟੀਆਂ ਵੱਲੋਂ ਇਹਦਾ ਪ੍ਰਤੀਕਰਮ ਬੜਾ ਤਿੱਖਾ ਆਇਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਇਹ ਜਿਹੜੀ ਪੰਜਾਬ ਦੀ ਅਸ਼ਾਂਤੀ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਮਹਾਰਾਣੀ ਪਰਨੀਤ ਕੌਰ ਜੋ ਉੱਥੋਂ ਐਮ ਪੀ ਨੇ, ਉਹਨਾਂ ਨੇ ਵੀ ਤਿੱਖਾ ਪ੍ਰਤੀਕਰਮ ਕੀਤਾ। ਅਕਾਲੀ ਦਲ ਦੇ ਜਿਹੜੇ ਹੈਗੇ ਆ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਕਾਂਗਰਸ ਦੇ ਸਵਾਲ ਚੱਕਿਆ ਕਿ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਆ ਉਹ ਇਹੋ ਜਿਹੀ ਹੈ ਕਿ ਆਏ ਦਿਨ ਬੇਅਦਬੀਆਂ ਹੁੰਦੀਆਂ ਨੇ, ਅਤੇ ਉਹਨਾਂ ਨੇ ਕਾਂਗਰਸ ਨੂੰ ਇਹ ਵੀ ਕਿਹਾ ਕਿ ਹੁਣ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਸਾਡੇ 'ਤੇ ਇਲਜ਼ਾਮ ਲਾਉਂਦੇ ਹੋ ਕਿ ਅਸੀਂ ਬੇਅਦਬੀਆਂ ਦੇ ਵਾਸਤੇ ਰਿਸਪੋਂਸੀਬਲ ਹਾਂ, ਹੁਣ ਤੁਸੀਂ ਵੀ ਉਸੇ ਤਰ੍ਹਾਂ ਜ਼ਿੰਮੇਦਾਰ ਹੋ ਕਿ ਨਹੀਂ ਜ਼ਿੰਮੇਦਾਰ? ਸੋ ਇਹ ਸਿਆਸਤ ਵੀ ਹੋ ਰਹੀ ਹੈ। ਪਰ ਜਿਹੜੀ ਵਾਸੂ ਜੀ, ਜਿਹੜੀ ਮੈਨੂੰ ਚਿੰਤਾ ਜਿਸ ਗੱਲ ਦੀ ਇਹ ਹੈ ਕਿ ਇਹ 1978 ਦੇ ਇੰਸੀਡੈਂਟਸ ਜਿਹੜੇ ਹੈਗੇ ਆ ਉਹ ਚੇਤੇ ਕਰਾਉਂਦੇ ਆ। ਹੁਣ ਜਿਹੜੀ ਇਤਿਹਾਸ ਹੈ ਲੱਗਦਾ ਆਪਣੇ ਆਪ ਨੂੰ ਉਸੇ ਤਰ੍ਹਾਂ ਰਿਪੀਟ ਕਰਦਾ ਨਜ਼ਰ ਆ ਰਿਹਾ, ਔਰ ਉਹ ਕਾਫੀ ਖੌਫਨਾਕ ਮੰਜ਼ਰ ਸਾਹਮਣੇ ਆਉਂਦਾ ਵਾ। ਜਦੋਂ ਐਮਰਜੈਂਸੀ ਦੇ ਖਿਲਾਫ ਅਕਾਲੀ ਦਲ ਨੇ ਉਦੋਂ ਅੰਦੋਲਨ ਕੀਤਾ ਸੀ, 1975 ਦੀ ਐਮਰਜੈਂਸੀ ਜਦੋਂ ਲੱਗੀ ਸੀ, 1977 'ਚ ਖਤਮ ਹੋ ਗਈ, ਅਤੇ ਉਸ ਤੋਂ ਬਾਅਦ ਜਿਹੜਾ ਸੀ 1980 ਦਾ ਦਹਾਕੇ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਅਸੀਂ ਬਹੁਤ ਔਖੇ ਦਿਨ ਦੇਖੇ। ਉਹਨਾਂ ਦਿਨਾਂ ਦੇ ਵਿੱਚ 1978-79 ਦੇ ਵਿੱਚ ਜਿਸ ਤਰ੍ਹਾਂ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿਰੰਕਾਰੀ ਮਿਸ਼ਨ ਦੇ ਉੱਤੇ ਲੱਗੀ ਸੀ, ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਉੱਤੇ ਇਸ ਵੇਲੇ ਲੱਗੀ ਆ। ਸੋ ਉਦੋਂ ਵੀ ਬੇਅਦਬੀਆਂ ਹੋਈਆਂ ਸੀ, ਗੁਰਦੁਆਰਿਆਂ 'ਚ ਸਿਗਟਾਂ ਸਿੱਟੀਆਂ ਗਈਆਂ ਸੀ, ਔਰ ਮੰਦਰਾਂ ਦੇ ਸਾਹਮਣੇ ਜਾ ਕੇ ਗਊਆਂ ਦੀਆਂ ਪੂਛਾਂ ਕੱਟ ਕੱਟ ਕੇ ਸਿੱਟੀਆਂ ਗਈਆਂ ਸੀ, ਉਦੋਂ ਵੀ ਇਹ ਕੋਸ਼ਿਸ਼ ਕੀਤੀ ਗਈ। ਹੁਣ ਕੀ ਇਹ ਉਸੇ ਤਰ੍ਹਾਂ ਦਾ ਇੱਕ ਸਾਨੂੰ ਅਸੀਂ ਇੱਕ ਵਾਰੀ ਫੇਰ ਸਾਡੇ ਸਾਹਮਣੇ ਉਹੋ ਜਿਹਾ ਹੀ ਮੰਜ਼ਰ ਤਿਆਰ ਕੀਤਾ ਜਾ ਰਿਹਾ? ਇਹਦਾ ਥੋੜ੍ਹਾ ਜਿਹਾ ਸੰਦਰਭ ਇਸ ਲਈ ਮੈਨੂੰ ਚੇਤੇ ਆਉਂਦਾ ਕਿ ਇੰਨੀ ਪਿਛਲੇ ਦਿਨੀ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਢਾਇਆ, ਉਦੋਂ ਐਮਰਜੈਂਸੀ ਦੇ ਵਿੱਚ ਦੇ ਮੌਕੇ ਵੇਲੇ ਉਦੋਂ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਸੀ। ਉਦੋਂ ਇੱਕ ਐਜੂਟੇਸ਼ਨ, ਸਕਸੈਸਫੁਲ ਐਜੂਟੇਸ਼ਨ ਤੋਂ ਬਾਅਦ ਇਹ ਸਾਰੇ ਇੰਸੀਡੈਂਟ ਹੋ ਰਹੇ ਆ। ਕੀ ਸਾਨੂੰ ਫੇਰ ਕੋਈ ਇਹੋ ਜਿਹਾ ਜਿਹੜਾ ਹੈਗਾ ਕਾਲਾ ਦੌਰ ਦੇਖਣ ਦੀ ਗੱਲ ਸਾਹਮਣੇ ਆਊਗੀ? ਇਹ ਸਾਰੇ ਪੰਜਾਬੀਆਂ ਵਾਸਤੇ, ਸਾਰੇ ਜਿਹੜੇ ਹੈਗੇ ਆ ਸ਼ਾਂਤੀ ਦੇ ਜਿਹੜੇ ਚਾਹੁੰਦੇ ਨੇ ਲੋਕੀ, ਉਹਨਾਂ ਵਾਸਤੇ ਇੱਕ ਗੰਭੀਰ ਮੁੱਦਾ ਬਣਦਾ। ਇਹਨੂੰ ਸਰਕਾਰਾਂ ਨੂੰ ਵੀ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ। ਸ਼ਾਮ ਵਾਲੇ ਸ਼ੋਅ ਦੇ ਵਿੱਚ ਇਸ ਵੇਲੇ ਅਸੀਂ ਸਰਬਜੀਤ ਪੰਦੇਰ ਜੀ ਨਾਲ ਗੱਲਬਾਤ ਕਰ ਰਹੇ ਹਾਂ। ਪੰਦੇਰ ਸਾਹਿਬ, ਹੁਣ ਨਵਜੋਤ ਸਿੱਧੂ ਨੇ ਇਹ ਦੋਸ਼ ਲਗਾਇਆ, ਕਹਿੰਦੇ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਪੋਲ ਕੀਤੀ ਸੀ, ਜਨਤਾ ਚੁਣੇਗੀ ਆਪਣਾ CM, ਉਹ ਕਹਿੰਦੇ ਸਭ ਇੱਕ ਛਲਾਵਾ ਸੀ, ਸਭ ਇੱਕ ਦਿਖਾਵਾ ਸੀ, ਕਹਿੰਦੇ ਝੂਠੀ ਇਹ ਪੋਲ ਸੀ, ਅਤੇ ਉਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਬਿਲਕੁਲ ਵਾਸੂ ਜੀ, ਤੁਹਾਡੀ ਗੱਲ ਦਰੁਸਤ ਹੈ। ਨਵਜੋਤ ਸਿੱਧੂ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਇਲਜ਼ਾਮ ਲਗਾਏ ਕਿ ਜਿਹੜਾ ਇਹ ਕੈਂਪੇਨ ਸਟਾਰਟ ਕੀਤੀ ਸੀ ਅਰਵਿੰਦ ਕੇਜਰੀਵਾਲ ਵੱਲੋਂ ਸਪੈਸ਼ਲੀ, ਔਰ ਜਿਸ ਤੋਂ ਬਾਅਦ ਜਿਹੜੀ ਕੈਂਪੇਨ ਦੇ ਉੱਤੇ ਜਿਹੜੇ ਵੋਟਾਂ ਪਈਆਂ, ਜਿਹਦੇ ਬਾਅਦ ਇਹਨਾਂ ਨੇ ਕਿਹਾ ਕਿ 21 ਲੱਖ ਤੋਂ ਉੱਤੇ ਰਿਸਪੋਂਸ ਆਇਆ, ਤਾਂ ਫਿਰ ਉਹਦੇ 'ਚੋਂ 93% ਲੋਕਾਂ ਨੇ ਭਗਵੰਤ ਮਾਨ ਨੂੰ ਬਤੌਰ CM ਚਿਹਰਾ
ਮੰਨਿਆ। ਸੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਇਹ ਜਿਹੜੀ ਸੀ ਅਨਾਊਂਸਮੈਂਟ ਕਰ ਦਿੱਤੀ ਕਿ ਉਹ ਸਾਡੇ ਮੁੱਖ ਮੰਤਰੀ ਹੋਣਗੇ ਜੇ ਸਰਕਾਰ ਬਣਦੀ ਹੈ, ਸਾਨੂੰ ਬਹੁਮਤ ਮਿਲਦਾ। ਪਰ ਨਵਜੋਤ ਸਿੱਧੂ ਦਾ ਇਹ ਕਹਿਣਾ ਸੀ ਕਿ ਜੀ ਜੋ ਸਾਰੇ ਦਾ ਸਾਰਾ ਹੈਗਾ ਕਿ ਇਹ ਇੱਕ ਧਾਰਨਾ ਬਣਾਉਣ ਦੇ ਵਾਸਤੇ ਛਲਾਵਾ ਕੀਤਾ ਗਿਆ ਪੰਜਾਬ ਦੇ ਨਾਲ, ਇੱਕ ਧੋਖਾ ਕੀਤਾ ਗਿਆ ਸ਼ਰੇਆਮ, ਔਰ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਕੋਲੋਂ ਇਸ ਦੀ ਇੱਕ ਜਾਂਚ ਦੀ ਡਿਮਾਂਡ ਕੀਤੀ ਹੈ, ਲਿਖਤੀ ਉਹਨਾਂ ਨੇ ਸ਼ਿਕਾਇਤ ਦਰਜ ਇਲੈਕਸ਼ਨ ਕਮਿਸ਼ਨ ਕੋਲ ਪਾਈ ਹੈ। ਉਹਨਾਂ ਨੇ ਕਿਹਾ ਜੀ ਜਿਹੜੀ ਸਾਰੀ ਇਹਦੇ ਉੱਪਰ ਇਸ ਕੈਂਪੇਨ ਦੇ ਉੱਤੇ ਖਰਚਾ ਹੋਇਆ ਉਹ ਵੀ ਪਤਾ ਲੱਗੇ ਜੀ ਉਹ ਕਿੱਦਾਂ ਹੋਇਆ। ਉਹ ਕਹਿੰਦੇ ਜੀ 25-30 ਕਰੋੜ ਰੁਪਈਆ ਲੱਗਿਆ ਹੋਊਗਾ ਔਰ 2000 ਲੋਕ ਇੰਪਲੋਏ ਕਰਨੇ ਪਏ ਹੋਣੇ ਆ। ਇਹ ਜਿਹੜਾ ਸੀਗਾ ਜਿਹੜਾ ਆਪਣਾ ਇਲੈਕਸ਼ਨ ਕੋਡ ਆਫ ਕੰਡਕਟ ਹੁੰਦਾ ਉਹਦੀ ਇਹ ਉਲੰਘਣਾ। ਤੇ ਉਹਨਾਂ ਨੇ ਕਿਹਾ ਜੀ ਨਾਲ ਇਹ ਕਿਹਾ ਕਿ ਜਿਹੜੀ 21.5 ਲੱਖ ਦੇ ਆਸ ਪਾਸ ਜਿਹੜੀਆਂ ਲੋਕ ਇਹ ਹੈਗੇ ਇਹਨਾਂ ਨੂੰ ਸਿਰਫ 4 ਦਿਨਾਂ 'ਚ ਇਹਨਾਂ ਨੇ ਡੇਟਾ ਕਿਵੇਂ ਪ੍ਰੋਸੈਸ ਕਰ ਲਿਆ, ਅਤੇ ਇੰਨੀਆਂ ਤਾਂ ਕਾਲਜ ਹੀ ਨਹੀਂ ਆ ਸਕਦੀਆਂ ਜਿਹੜੀਆਂ ਇਹਨਾਂ ਨੂੰ ਕਰਨ ਦੀਆਂ। 7 ਲੱਖ ਵਟਸਐਪ ਮੈਸੇਜ ਆਏ, 2.5 ਲੱਖ ਵੋਇਸ ਮੈਸੇਜਿਸ ਆਏ, ਫਿਰ 8 ਲੱਖ ਵੋਇਸ ਕਾਲਜ ਆਈਆਂ, ਇਹ ਸਾਰੇ ਦਾ ਸਾਰਾ ਕਿਵੇਂ ਹੋ ਸਕਦਾ। ਉਹ ਕਹਿੰਦੇ ਜੇ ਅਗਰ 15 ਸੈਕਿੰਡ ਵੀ ਲੱਗਣ ਤਾਂ ਕੋਈ 23,000 ਕਾਲਜ ਬਣਦੀਆਂ ਨੇ 4 ਦਿਨਾਂ ਦੇ ਵਿੱਚ, ਇਹਨਾਂ ਨੇ ਕਿਵੇਂ ਕਰ ਲਿਆ। ਸੋ ਸਾਰੀ ਦੀ ਸਾਰੀ ਗੱਲ ਆਉਂਦੀ ਆ, ਪਰ ਇਹ ਬਹੁਤ ਹੀ ਅਟਪਟੀ, ਮੈਂ ਇਹਨੂੰ ਕਹੂੰਗਾ ਜੀ ਕਿ ਨਵਜੋਤ ਸਿੱਧੂ ਵੱਲੋਂ ਇੱਕ ਬਹੁਤ ਹੀ ਅਟਪਟਾ ਜਿਹੜਾ ਇਲਜ਼ਾਮ ਲੱਗ ਰਿਹਾ ਹੈ। ਖਰਚੇ ਦੀ ਗੱਲ ਜੋ ਮਰਜ਼ੀ ਕਹਿਣ, ਹੁਣ ਤਾਂ ਇਹ ਅਮੂਮਨ ਹੈ ਜੀ ਜਿਹੜੀਆਂ ਫੋਨ ਲਾਈਨਸ ਬਣਦੀਆਂ ਨੇ। ਤੁਸੀਂ ਆਪਾਂ ਕਈ ਟੀਵੀ ਸ਼ੋਅਜ਼ ਦੇਖਦੇ ਹਾਂ ਜਿੱਥੇ ਆਪਾਂ ਵੋਟਿੰਗ ਕਰਦੇ ਹਾਂ ਜਾ ਕੇ, ਉਹਨਾਂ 'ਚ ਇਹ ਥੋੜ੍ਹਾ ਹੁੰਦਾ ਵੀ ਇੱਕ ਕਾਲ ਤੋਂ ਬਾਅਦ ਉਸ ਬਿਜ਼ੀ ਆਊਗੀ। ਉਹ ਜਿਹੜੀਆਂ ਵੋਟਿੰਗਸ ਵਾਲੀਆਂ ਕਾਲਜ ਨੇ ਲਾਈਨਸ ਨੇ ਉਹ ਅਲੱਗ ਬਣਦੀਆਂ ਨੇ, ਉਹ ਟੈਕਨੋਲੋਜੀ ਅਵੇਲੇਬਲ ਆ। ਸੋ ਜੇ ਮੈਂ ਉਹਦੇ ਵਿੱਚ ਵੀ ਨਹੀਂ ਜਾਂਦਾ, ਔਰ ਇਹਦੇ 'ਚ ਕੋਈ ਇਹ ਕਾਨੂੰਨੀ ਗੱਲ ਨਹੀਂ ਹੈ, ਇੱਕ ਪ੍ਰੋਪੇਗੈਂਡਾ ਜਾਂ ਇੱਕ ਪ੍ਰਚਾਰ ਦਾ ਤਰੀਕਾ ਵਾ ਆਮ ਆਦਮੀ ਪਾਰਟੀ ਦਾ। ਤੁਸੀਂ ਉਹਦੇ 'ਤੇ ਇਲੈਕਸ਼ਨ ਕਮਿਸ਼ਨ ਦੀ ਇਨਕੁਆਇਰੀ ਡਿਪੈਂਡ ਕਰਨੀ, ਮੇਰੇ ਤਾਂ ਇਹਦੇ 'ਚੋਂ ਸਾਫ਼ ਜ਼ਾਹਿਰ ਹੁੰਦਾ ਕਿ ਤੁਹਾਡੇ ਕੋਲ ਮੁੱਦਿਆਂ ਦੀ ਘਾਟ ਹੋਣੀ ਸ਼ੁਰੂ ਹੋ ਗਈ। ਸੋ ਜਿਹੜੀ ਕਿਸੇ ਲੈਵਲ ਦੇ ਉੱਤੇ ਜੇ ਕੋਈ ਆਉਂਦੀ ਆ ਗੱਲ ਸਾਰੇ ਦੇ ਸਾਰੇ ਸਾਹਮਣੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਵਿੱਚ ਇਹ ਜ਼ਾਹਿਰ ਹੋ ਜੂਗੀ। ਪਰ ਨਵਜੋਤ ਸਿੱਧੂ ਦੀ ਜਿਹੜੀ ਇੱਕ ਲੈਵਲ 'ਤੇ ਇਹ ਕਹਿ ਸਕਦੇ ਹੋ ਕਿ ਭਗਵੰਤ ਮਾਨ ਦੀ ਜਿਹੜੀ ਪ੍ਰੋਜੈਕਸ਼ਨ ਹੋ ਰਹੀ ਹੈ ਬਤੌਰ CM, ਉਹ ਇਕੱਲਾ ਸਿਰਫ ਨਵਜੋਤ ਸਿੱਧੂ ਨੂੰ ਨਹੀਂ, ਉਹ ਕਾਂਗਰਸ ਦੇ ਵਿੱਚ ਵੀ ਬਹੁਤ ਵੱਡੇ ਧੜੇ ਨੂੰ ਪਰੇਸ਼ਾਨ ਕਰ ਰਹੀ ਹੈ। ਔਰ ਉਹਨਾਂ ਨੂੰ ਲੱਗ ਰਿਹਾ ਕਿ ਇਹ ਭਗਵੰਤ ਮਾਨ ਦੀ ਜਿਹੜੀ ਮਕਬੂਲੀਅਤ ਆ ਉਹਦੇ ਉੱਤੇ ਆਮ ਆਦਮੀ ਪਾਰਟੀ ਕਿਤੇ ਲੈ ਲੈ, ਪਰ ਇਹ ਬੜੀ ਦੂਰ ਦੀ ਗੱਲ ਹੈ ਕਿਉਂਕਿ ਜਿਹੜੇ ਹੁਣ ਤੱਕ ਸਰਵੇ ਵੀ ਆ ਰਹੇ ਆ ਉਹਦੇ ਵਿੱਚ ਵੀ ਪੂਰਨ ਬਹੁਮਤ ਆਮ ਆਦਮੀ ਪਾਰਟੀ ਨੂੰ ਕੋਈ ਨਹੀਂ ਦੇ ਰਿਹਾ। ਸੋ ਇਸਦੀ ਬਜਾਏ ਕਿ ਆਪਣੀ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਪਿਆ ਹੈ ਨਵਜੋਤ ਸਿੱਧੂ ਦੀ ਦਾ, ਅਤੇ ਉਹਨੂੰ ਸੁਲਝਾਉਣ ਨਵਜੋਤ ਸਿੱਧੂ ਜਾ ਕੇ ਬਈ, ਤਾਂ ਕਿ ਤੁਸੀਂ ਆਪਣੀ ਆਪਣੇ ਘਰ ਨੂੰ ਤਾਂ ਸਵਾਰ ਲਓ ਪਹਿਲਾਂ, ਫਿਰ ਜਾ ਕੇ ਦੂਜਿਆਂ ਦੇ ਨਾਲ ਆਪਾਂ ਲੜਨ ਜੋਗੇ ਹੁੰਦੇ ਹਾਂ। ਉੱਥੇ ਤਾਂ ਨਵਜੋਤ ਸਿੱਧੂ ਦਾ ਬਤੌਰ ਪਾਰਟੀ ਪ੍ਰਧਾਨ ਹਾਲੇ ਕਾਰਗੁਜ਼ਾਰੀ ਨਜ਼ਰ ਨਹੀਂ ਆ ਰਹੀ। ਤੁਸੀਂ ਵਾਸੂ ਜੀ ਹੈਰਾਨ ਹੋਵੋਗੇ ਕਿ ਕਾਂਗਰਸ ਦੇ ਕੋਲ ਪੂਰਾ ਐਡੀ ਵੱਡੀ ਪਾਰਟੀ ਆ, 100 ਸਾਲ ਤੋਂ ਉੱਤੇ ਪੁਰਾਣਾ ਇਤਿਹਾਸ ਆ, ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ 'ਚ ਜਾਣਾ ਉਹਨਾਂ ਕੋਲ ਢਾਂਚਾ ਹੀ ਹੈ ਨਹੀਂ ਗੱਲ ਲੜਾਈ ਲੜਨ ਦਾ। ਸੋ ਆਮ ਆਦਮੀ ਪਾਰਟੀ ਦੇ ਨਾਲ ਆਪਾਂ ਇਹ ਕਹਿਣਾ ਜੀ ਕਿ ਜੀ ਉਹ ਫੇਕ ਨਿਊਜ਼ ਫੈਲਾ ਰਹੇ ਆ ਜਾਂ ਇੱਕ ਧਾਰਨਾ, ਇਹ ਕੈਂਪੇਨ ਦੇ ਦੇਖੋ ਸਾਰੀਆਂ ਜਿਹੜੀਆਂ ਹੁਣ ਆਪਾਂ ਪੋਲ ਸਰਵੇਜ਼ ਵੀ ਗੱਲ ਕਰਦੇ ਹਾਂ, ਇਹ ਕਿੰਨੇ ਕੁ ਸਾਇੰਟੀਫਿਕ ਹੁੰਦੇ ਨੇ, ਅੱਜ ਤੱਕ ਇਹ ਕਿੰਨੇ ਕੁ ਪੂਰੇ ਸੱਚੇ ਉੱਤੇ ਨੇ। ਨਵਜੋਤ ਸਿੱਧੂ ਉਹਨਾਂ ਨੂੰ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਬੁੱਧੀ ਹੈ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਕਰਨਾ ਚਾਹੀਦਾ। ਆਪਣੀ ਪਾਰਟੀ ਦਾ ਜਿਹੜਾ ਢਾਂਚਾ ਵਾ, ਆਪਣੀ ਪਾਰਟੀ ਦੀ ਜਿਹੜੀ ਆਉਣ ਵਾਲੀ ਰਣਨੀਤੀ ਆ ਉਹਦੇ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਜੀ। ਪਨੀਰ ਸਾਹਿਬ, ਸਾਡੇ ਇੱਕ ਲਿਸਨਰ ਨੇ ਅਮਿੰਦਰ ਵੀਰ ਜੀ, ਉਹਨਾਂ ਦਾ ਮੈਸੇਜ ਆਇਆ, ਉਹ ਕਹਿੰਦੇ ਕਿ ਜਿਹੜਾ ਨਵਜੋਤ ਸਿੱਧੂ ਦਾ ਵੀ ਨਾਮ ਲੈ ਦਿੱਤਾ ਉਹਨਾਂ ਨੇ ਕਿ 3% ਵੋਟਾਂ ਨਵਜੋਤ ਸਿੱਧੂ ਨੂੰ ਵੀ ਪਈਆਂ, ਕਹਿੰਦੇ ਉਸ ਗੱਲ ਤੋਂ ਕਹਿੰਦੇ ਉਹਨਾਂ ਨੂੰ ਗੁੱਸਾ। ਹਾਂਜੀ, ਨਵਜੋਤ ਸਿੱਧੂ ਕਹਿੰਦੇ ਹੋਣੇ ਬਈ ਜਿਹੜੇ ਪੋਲ ਸਰਵੇ ਨੇ ਉਹ ਵੀ ਮੈਨੂੰ ਇਦੋਂ ਜ਼ਿਆਦਾ ਦਿੰਦੇ ਨੇ ਤੇ ਅਰਵਿੰਦ ਕੇਜਰੀਵਾਲ ਨਹੀਂ ਦੇ ਰਹੇ। ਅਰਵਿੰਦ ਕੇਜਰੀਵਾਲ ਕਿਸੇ ਟਾਈਮ ਤੇ ਬੜੇ ਕੋਸ਼ਿਸ਼ ਕੀਤੀ ਹੈ ਨਵਜੋਤ ਸਿੱਧੂ ਨੂੰ ਆਪਣੀ ਪਾਰਟੀ 'ਚ ਲਿਜਾਣ ਦੀ, ਅਤੇ ਬਤੌਰ ਚੀਫ ਮਿਨਿਸਟਰ ਚਿਹਰਾ ਪ੍ਰਜੈਂਟ ਕਰਨਾ ਚਾਹੁੰਦੇ ਸੀ। ਜੇ ਉਦੋਂ ਸ਼ਾਇਦ ਮੰਨ ਲੈਂਦੇ ਕਿ ਅਰਵਿੰਦ ਕੇਜਰੀਵਾਲ ਦੀ ਗੱਲ ਤਾਂ ਸ਼ਾਇਦ
ਅਰਵਿੰਦ ਕੇਜਰੀਵਾਲ ਨੂੰ ਵੀ ਆਹ ਜਿਹੜੀ ਜਿਹੜੀ ਪੋਲ ਕਰਾਈ ਆ ਉਹਨਾਂ ਨੇ ਫੋਨ ਦੇ ਉੱਤੇ ਸ਼ਾਇਦ ਨਾ ਕਰਾਉਣੀ ਪੈਂਦੀ ਤਾਂ ਨਵਜੋਤ ਸਿੱਧੂ ਦਾ ਨਾਂ ਹੁਣ ਤੱਕ ਅਨਾਊਂਸ ਹੋਇਆ ਹੁੰਦਾ ਆਪਣੇ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਵਾਸੂ ਜੀ ਜੇ ਬੜੀ ਵੱਡੀ ਚੀਜ਼ ਆ ਸੋ ਜੇ ਇਹ ਇੰਜ ਹੋ ਜਾਂਦਾ ਨਵਜੋਤ ਸਿੱਧੂ ਕਹਿੰਦੇ ਹੁੰਦੇ ਆ ਕਹਿੰਦੇ ਵੀ ਜੇ ਮੇਰੀ ਮੁੱਛਾ ਲਾਉਂਦੇ ਹੁੰਦੇ ਆ ਭੂਆ ਦੇ ਹਾਂ ਚਲੋ ਕਾਂਗਰਸ ਦੇ ਮੰਤਰੀ ਨੇ ਰਜ਼ੀਆ ਸੁਲਤਾਨਾ ਉਹਨਾਂ ਦੇ ਹਸਬੈਂਡ ਜਿਹੜੇ ਕਿ ਸਾਬਕਾ ਡੀਜੀਪੀ ਵੀ ਰਹੇ ਨੇ ਮੁਹੰਮਦ ਮੁਸਤਫਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਦੋਸ਼ ਲੱਗ ਰਿਹਾ ਵੀ ਇਹਨਾਂ ਨੇ ਮਲੇਰਕੋਟਲੇ ਦੇ ਵਿੱਚ ਇੱਕ ਭਾਸ਼ਣ ਦਿੱਤਾ ਜਿਹਦੇ ਵਿੱਚ ਇਹਨਾਂ ਨੇ ਨਫ਼ਰਤ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਮੁਹੰਮਦ ਮੁਸਤਫਾ ਡੀ ਜੀ ਪੀ ਰਿਟਾਇਰ ਹੋਏ ਆ ਪੰਜਾਬ ਪੁਲਿਸ ਦੇ ਔਰ ਜਿਹੜੀ ਵਿਵਾਦ ਨੂੰ ਪਤਾ ਨੀ ਕਿਸੇ ਨਾ ਕਿਸੇ ਨੂੰ ਘੇਰੇ ਲਿਆਉਂਦੇ ਨੇ ਪਿਛਲੇ ਦਿਨ ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਹਨਾਂ ਨੇ ਟਵੀਟ ਖੇਡ ਕੇ ਜੀ ਵਿਵਾਦ ਖੜਾ ਕੀਤਾ ਸੀ ਅਰੂਸਾ ਆਲਮ ਵਾਲਾ ਕਿ ਜੀ ਆਈ ਐਸ ਆਈ ਦੀ ਏਜੰਟ ਹੈ ਮੈਨੂੰ ਪਤਾ ਸੀ ਉਦੋਂ ਵੀ ਲੋਕਾਂ ਨੇ ਪੁੱਛਿਆ ਸੀ ਕਿ ਜੇ ਤੁਸੀਂ ਆਈ ਪੀ ਐਸ ਆਫਿਸਰ ਸੀ ਆਈ ਐਸ ਆਈ ਦੀ ਏਜੰਟ ਸੀ ਤੇ ਫਿਰ ਤੁਸੀਂ ਬਤੌਰ ਆਈ ਪੀ ਐਸ ਆਫਿਸਰ ਕੀ ਕਾਰਵਾਈ ਕੀਤੀ ਸੋ ਹੁਣ ਇਹ ਇੱਕ ਇੰਸੀਡੈਂਟ ਇਹ ਹੋਇਆ ਕਿ ਕਾਂਗਰਸ ਦਾ ਵੀ ਇੱਕ ਇਜਲਾਸ ਸੀਗਾ ਜੀ ਉੱਥੇ ਜਲਸਾ ਚੱਲ ਰਿਹਾ ਸੀ ਤੇ ਨਾਲ ਹੀ ਉੱਥੇ ਆਮ ਆਦਮੀ ਥੋੜ੍ਹੀ ਨਾਲੇ ਆਹਮਣੋ ਸਾਹਮਣੇ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਸੀਗਾ ਜਲਸਾ ਚੱਲ ਰਿਹਾ ਸੀ ਔਰ ਸੂਤਰਾਂ ਦੇ ਹਿਸਾਬ ਦੇ ਨਾਲ ਹਾਲੇ ਸਾਡੇ ਕੋਲ ਤਾਂ ਕੋਈ ਐਡੀ ਵੱਡੀ ਜਾਣਕਾਰੀ ਮੇਰੇ ਕੋਲ ਡਾਇਰੈਕਟ ਤਾਂ ਜਾਣਕਾਰੀ ਹੈ ਨਹੀਂ ਉਹਦੇ 'ਚ ਆਮ ਆਦਮੀ ਪਾਰਟੀ ਦੇ ਵਿੱਚ ਘੱਟ ਥੋੜ੍ਹਾ ਜਿਹਾ ਜ਼ਿਆਦਾ ਸੀ ਜਿਹਦੇ ਨਾਲ ਮੁਹੰਮਦ ਮੁਸਤਫਾ ਆਪਣੀ ਜਿਹੜੀ ਬੀਵੀ ਦੇ ਵਾਸਤੇ ਰਜ਼ੀਆ ਸੁਲਤਾਨਾ ਜੋ ਪੰਜਾਬ ਦੇ ਇੱਕ ਵਜ਼ੀਰ ਨੇ ਉਹਨਾਂ ਦੇ ਵਾਸਤੇ ਕੈਂਪੇਨ ਕਰ ਰਹੇ ਸੀ ਔਰ ਉਹਦੇ ਨਾਲ ਕਾਫੀ ਬੇਚੈਨ ਹੋਏ ਤਾਂ ਉਹਨਾਂ ਨੇ ਕਈ ਜਿਹੜੀ ਵੀਡੀਓਜ਼ ਵੀ ਇਸ ਵੇਲੇ ਸੋਸ਼ਲ ਮੀਡੀਆ 'ਤੇ ਹੈਗੀ ਆ ਉਹਦੇ 'ਚ ਕਾਫੀ ਜਿਹਨੂੰ ਕਹਿ ਸਕਦੇ ਹਾਂ ਭੱਦੀ ਸ਼ਬਦਾਵਲੀ ਵਰਤੀ ਆ ਔਰ ਜੋ ਆਮ ਹੁੰਦੀ ਜਾ ਰਹੀ ਆ ਪੰਜਾਬ ਦੀਆਂ ਚੋਣਾਂ ਦੇ ਵਿੱਚ ਬਹੁਤ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਹੋ ਰਿਹਾ ਤਾਂ ਉਹਦੇ ਵਿੱਚ ਇੱਥੇ ਤੱਕ ਵੀ ਇਹ ਕਿਹਾ ਗਿਆ ਕਿ ਇੱਕ ਫਿਰਕੇ ਦੇ ਖਿਲਾਫ ਜਿਹੜਾ ਹੈ ਨਫ਼ਰਤ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਤਾਂ ਨਹੀਂ ਸੀ ਕਾਰਵਾਈ ਹੋ ਰਹੀ ਪਰ ਜਦੋਂ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਨੇ ਸਾਰੀਆਂ ਨੇ ਇਹ ਜ਼ੋਰ ਪਾਇਆ ਤਾਂ ਜਿਹੜੀ ਮਲੇਰਕੋਟਲਾ ਜਿਹੜਾ ਹੁਣ ਨਵਾਂ ਜ਼ਿਲ੍ਹਾ ਬਣ ਚੁੱਕਿਆ ਉੱਥੋਂ ਦੇ ਐਸ ਐਸ ਪੀ ਨੇ ਇੱਕ ਹੁਕਮ ਜਾਰੀ ਕੀਤੇ ਇੱਕ ਐਸ ਆਈ ਟੀ ਬਣੀ ਔਰ ਕੇਸ ਦਰਜ ਕੀਤਾ ਗਿਆ ਔਰ ਉਹ ਨਫ਼ਰਤ ਭੜਕਾਉਣ ਦਾ ਹੀ ਆ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਲੀ ਕਾਰਵਾਈ ਇਹਦੇ 'ਚ ਮੁਹੰਮਦ ਮੁਸਤਫਾ ਦੀ ਗ੍ਰਿਫਤਾਰੀ ਵੀ ਹੋ ਸਕਦੀ ਆ ਉਹਦੇ ਬਾਰੇ ਜਿਹੜੀ ਹੈਗੀ ਆ ਆਉਣ ਵਾਲੇ ਦਿਨਾਂ 'ਚ ਦੱਸਿਆ ਜਾਊਗਾ ਇਹਦੇ ਬਾਅਦ 'ਚੋਂ ਜਿਹੜੇ ਸੀਗੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਦੇਖੋ ਜਿਹੜੀ ਹੈਗੀ ਆ ਜਿਹੜਾ ਨਫ਼ਰਤ ਜਿਹੜੀ ਫਿਰਕਾ ਪ੍ਰਸਤੀ ਦੀ ਨਫ਼ਰਤ ਫੈਲਾਉਣ ਦਾ ਕੰਮ ਹੁਣ ਕਾਂਗਰਸ ਵੱਲੋਂ ਸ਼ੁਰੂ ਹੋ ਗਿਆ ਔਰ ਇਹ ਕਿਉਂਕਿ ਮੁਹੰਮਦ ਮੁਸਤਫਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਬਹੁਤ ਉਹਨਾਂ ਦੇ ਸਲਾਹਕਾਰ ਵੀ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਦੇ ਉੱਤੇ ਆਈ ਐਸ ਆਈ ਦੀ ਜਾਂ ਪਾਕਿਸਤਾਨ ਦੀ ਬੜੀ ਮਿਹਰਬਾਨੀ ਹੈ ਉਹ ਸਾਰੀ ਦੀ ਸਾਰੀ ਨੂੰ ਮੱਦੇਨਜ਼ਰ ਰੱਖਦੇ ਹੋ ਕਹਿੰਦੇ ਆਈ ਐਸ ਆਈ ਦਾ ਅਗਲਾ ਪਲੈਨ ਪੰਜਾਬ ਦੀ ਧਰੂਵੀਕਰਨ ਦਾ ਜਿਹੜੀ ਹੈਗੀ ਆ ਫਿਰਕੂ ਧਰੂਵੀਕਰਨ ਦਾ ਇਹ ਮਾਮਲਾ ਸਾਹਮਣੇ ਆਉਂਦਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਜੀ ਔਰ ਈਵਨ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜਿਹੜਾ ਮੁਹੰਮਦ ਮੁਸਤਫਾ ਨੂੰ ਇਮੀਡੀਏਟਲੀ ਜਿਹੜੀ ਹੈਗੀ ਆ ਦੰਗੇ ਤੱਕ ਭੜਕਾਏ ਜਾ ਸਕਦੇ ਨੇ ਇਹੋ ਜਿਹੇ ਬਿਆਨ ਦਿੱਤੇ ਇਹਨਾਂ ਦੇ ਵਾਸਤੇ ਉਹਨਾਂ ਨੂੰ ਫੌਰੀ ਤੌਰ 'ਤੇ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੋ ਇਹ ਜਿਹੜੀਆਂ ਗੱਲਾਂ ਆਉਂਦੀਆਂ ਨੇ ਉਹਨਾਂ ਦੇ ਹੋਰ ਜਿਹੜੇ ਲੋਕ ਨੇ ਸਾਥੀ ਨੇ ਉਹ ਇਹ ਵੀ ਕਹਿੰਦੇ ਨੇ ਕਿ ਮੁਹੰਮਦ ਮੁਸਤਫਾ ਪਹਿਲਾਂ ਵੀ ਜਿਹੜੀ ਇਸ ਲੈਵਲ ਦੀ ਜਿਹੜੀ ਇੱਕ ਫਿਰਕੂ ਗੱਲ ਕਰਨ ਦੇ ਵਾਸਤੇ ਵਿਵਾਦਾਂ 'ਚ ਸਾਹਮਣੇ ਆਉਂਦੇ ਰਹੇ ਨੇ ਔਰ ਮਲੇਰਕੋਟਲਾ ਦੇ ਜਿਹੜੀ ਸਿਆਸਤ ਹੈ ਉਹਦੇ ਵਿੱਚ ਕਈ ਵਾਰੀ ਕੰਟਰੋਵਰਸੀ ਦਾ ਹਿੱਸਾ ਬਣ ਚੁੱਕੇ ਨੇ ਮੁਹੰਮਦ ਮੁਸਤਫਾ ਪੰਦੇਰ ਸਾਹਿਬ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਦਾ ਕੀ ਬਣਿਆ ਜੀ ਉਹਨਾਂ ਦੀ ਫਾਈਨਲ ਲਿਸਟ ਹੀ ਤਿਆਰ ਨਹੀਂ ਹੋ ਰਹੀ ਵਾਸੂ ਜੀ ਅਸੀਂ ਆਪਣੇ ਸਰੋਤਿਆਂ ਨਾਲ ਪਹਿਲਾਂ ਵੀ ਸਾਂਝੀ ਗੱਲ ਕਰ ਚੁੱਕੇ ਹਾਂ ਕਿ ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਹੋਣੀਆਂ ਨੇ ਅਤੇ ਕਾਂਗਰਸ ਦੀ ਲਿਸਟ ਤਿਆਰ ਨਹੀਂ ਹੋਈ ਪਹਿਲੀ ਲਿਸਟ ਦੇ ਵਿੱਚ 117 ਕੈਂਡੀਡੇਟਸ ਦੇ ਵਿੱਚੋਂ 86 ਦੇ ਕੈਂਡੀਡੇਟ ਦੀ ਤਾਂ ਉਹਨਾਂ ਨੇ ਲਿਸਟ ਜਾਰੀ ਕਰਤੀ ਸੀ ਪਰ ਬਾਕੀ ਦੇ ਜਿਹੜੇ 31 ਸੀਟਾਂ ਨੇ ਉਹਨਾਂ ਦੇ ਉੱਤੇ ਰੇੜਕਾ ਤਕੜਾ ਫਸਿਆ ਸੁਨੀਲ ਜਾਖੜ ਦੀ ਤੇ
ਚਰਨਜੀਤ ਚੰਨੀ ਦੀ ਨਹੀਂ ਬਣਦੀ, ਚਰਨਜੀਤ ਚੰਨੀ ਦੀ ਨਵਜੋਤ ਸਿੱਧੂ ਨਾਲ ਨਹੀਂ ਬਣਦੀ, ਨਵਜੋਤ ਸਿੱਧੂ ਦੀ ਸੁਨੀਲ ਜਾਖੜ ਨਾਲ ਨਹੀਂ ਬਣਦੀ। ਵਿੱਚ ਜਿਹੜੇ ਸੀਨੀਅਰ ਲੀਡਰ ਨੇ, ਮੰਤਰੀ ਨੇ ਜਿਹੜੇ, ਉਹ ਆਪਣੇ ਰਿਸ਼ਤੇਦਾਰਾਂ ਵਾਸਤੇ ਦੂਜੀਆਂ ਟਿਕਟਾਂ ਵੀ ਮੰਗ ਰਹੇ ਆ। ਜਿਵੇਂ ਤ੍ਰਿਪਤ ਬਾਜਵਾ ਨੇ, ਉਹ ਆਪਣੇ ਬੇਟੇ ਵਾਸਤੇ ਬਟਾਲੇ ਤੋਂ ਟਿਕਟ ਮੰਗ ਰਹੇ ਆ। ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਵਾਸਤੇ ਸੁਲਤਾਨਪੁਰ ਲੋਧੀ ਤੋਂ ਮੰਗ ਰਿਹਾ। ਬੇਸ਼ੱਕ ਸੁਲਤਾਨਪੁਰ ਲੋਧੀ ਤੋਂ ਸੀਟ ਆਲਰੇਡੀ ਅਨਾਊਂਸ ਹੋ ਚੁੱਕੀ ਆ। ਕਈ ਜਿਹੜੇ MLA ਨੇ, ਉਹਨਾਂ ਨੂੰ ਜਾਂ ਤਾਂ ਟਿਕਟਾਂ ਉਹਨਾਂ ਦੀਆਂ ਕੈਂਸਲ ਕੀਤੀਆਂ ਜਾ ਰਹੀਆਂ ਨੇ। ਉੱਥੇ ਕਿਤੇ ਨਵਜੋਤ ਸਿੱਧੂ ਕੈਂਸਲ ਕਰਾਉਣਾ ਚਾਹੁੰਦੇ ਨੇ, ਅਤੇ ਕਿਤੇ ਸੁਨੀਲ ਜਾਖੜ ਕੈਂਸਲ ਕਰਾਉਣਾ ਚਾਹੁੰਦੇ ਨੇ, ਉੱਥੇ ਚੰਨੀ ਸਾਹਿਬ ਨਹੀਂ ਮੰਨਦੇ, ਕਿਤੇ ਜਾਖੜ ਸਾਹਿਬ ਨਹੀਂ ਮੰਨਦੇ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਸੀਟ ਦਾ ਕਹਿ ਸਕਦੇ ਹਾਂ, ਲੁਧਿਆਣੇ ਦੇ ਲਾਗੇ ਪਿੰਡ ਆ ਜਿਹੜੀ ਕੌਨਸਟੀਚੁਐਂਸੀ ਹੈ ਗਿੱਲ ਹੈ, ਉੱਥੇ ਸਾਬਕਾ IAS ਆਫਿਸਰ ਐਤਕੀ ਸਿਟਿੰਗ MLA ਨੇ ਕੁਲਦੀਪ ਸਿੰਘ ਵੈਦ, ਉਹਨਾਂ ਨੂੰ ਪਾਰਟੀ ਜਗਰਾਵਾਂ ਨੂੰ ਜਿਹੜੀ ਰਿਜ਼ਰਵ ਕੌਨਸਟੀਚੁਐਂਸੀ ਹੈ ਉੱਥੇ ਸ਼ਿਫਟ ਕਰਨਾ ਚਾਹੁੰਦੀ ਹੈ, ਕਿਉਂਕਿ BJP ਨੇ ਉੱਥੇ ਇੱਕ ਹੋਰ IAS ਆਫਿਸਰ SR ਲੱਦੜ ਨੂੰ ਕਰ ਦਿੱਤਾ, ਅਤੇ ਕਿਹਾ ਜਾਂਦਾ ਕਿ ਕੁਲਦੀਪ ਸਿੰਘ ਵੈਦ ਦੀ ਉੱਥੇ ਸ਼ਾਇਦ ਐਂਟੀ ਇਨਕੰਬੈਂਸੀ ਕਰਕੇ ਸੀਟ ਨਾ ਨਿਕਲੇ। ਪਰ ਕੁਲਦੀਪ ਵੈਦ ਉੱਥੋਂ ਹੀ ਲੜਨਾ ਚਾਹੁੰਦੇ ਨੇ, ਬਜ਼ਿੱਦ ਨੇ। ਕੁਲਦੀਪ ਵੈਦ ਔਰ ਰਵਨੀਤ ਬਿੱਟੂ ਇੱਕ ਖੇਮਾ ਵਾ, ਉਹਨਾਂ ਦਾ ਤਕੜਾ ਖੇਮਾ ਵਾ, ਉਹਨਾਂ ਦੀ ਜਿਹੜੀ ਹੈਗੀ ਆ ਪੋਸ਼ਣ ਪੁਲ ਚੱਲ ਰਹੇ ਆ। ਬਹੁਤ ਹੀ ਕੱਦਾਵਰ ਨੇਤਾ ਸਰਦਾਰ ਲਾਲ ਸਿੰਘ, ਉਹ ਜ਼ੋਰ ਪਾ ਰਹੇ ਆ ਕਿ ਜੀ ਮੈਂ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਲੈਕਸ਼ਨ ਲੜਨ ਨੂੰ ਤਿਆਰ ਹੈ, ਕਿਉਂਕਿ ਹੋਰ ਕੋਈ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਹੈ। ਪਰ ਸਰਦਾਰ ਲਾਲ ਸਿੰਘ ਦੇ ਬੇਟੇ ਰਜਿੰਦਰ ਸਿੰਘ ਨੂੰ ਜਿਹੜੇ ਹੈਗੇ ਆ ਪਟਿਆਲਾ ਰੂਰਲ ਦੇ ਵਿੱਚੋਂ ਆਲਰੇਡੀ ਟਿਕਟ ਅਲਾਟ ਹੋ ਚੁੱਕੀ ਹੈ। ਸੋ ਇਹੋ ਜਿਹੀਆਂ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਸਾਹਮਣੇ ਆ ਰਿਹਾ। ਹੁਣ ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ ਦੇ ਖਿਲਾਫ਼ ਵੀ ਚਿੱਠੀ ਲਿਖੀ ਹੋਈ ਹੈ ਕਿ ਸੁਖਪਾਲ ਖਹਿਰਾ ਨੂੰ ਜਿਹੜੀ ਭੁਲੱਥ ਤੋਂ ਚਿੱਠੀ ਉਹਨੂੰ ਟਿਕਟ ਦਿੱਤੀ ਹੈ ਉਹ ਗਲਤ ਦਿੱਤੀ ਗਈ ਹੈ। ED ਦੇ ਵਿੱਚ ਜਿਹੜੇ ਡਰੱਗਸ ਦੇ ਮਾਮਲੇ ਦੇ ਉੱਤੇ ਉਹਨਾਂ ਦੇ ਇਲਜ਼ਾਮ ਨੇ ਉਹ ਬੜੀਆਂ ਹੀ ਸੰਗੀਨ ਨੇ। ਸੋ ਇਹਦੇ ਵਿੱਚ ਇਹਨੂੰ ਸਾਈਡ 'ਤੇ ਰੱਖਣਾ ਚਾਹੀਦਾ। ਹੁਣ ਭੋਆ ਤੋਂ ਇੱਕ MLA ਨੇ ਜੋਗਿੰਦਰ ਪਾਲ, ਜਿਨ੍ਹਾਂ ਨੂੰ ਜਿਹੜੇ ਮੁੱਖ ਮੰਤਰੀ ਚੰਨੀ ਉਹ ਤਾਂ ਰੱਖਣਾ ਚਾਹੁੰਦੇ ਨੇ, ਪਰ ਜਿਹੜੇ ਹੈਗੇ ਸੁਨੀਲ ਜਾਖੜ ਉਹ ਕਹਿੰਦੇ ਜੀ ਇਹ ਰੇਤ ਮਾਫੀਆ 'ਚ ਇਨਵੋਲਵਡ ਹੈ। ਇਸੇ ਤਰ੍ਹਾਂ ਸੁਖਪਾਲ ਭੁੱਲਰ ਆ ਕਹਿੰਦੇ ਜੀ ਇਹ ਜਿਹੜੇ ਹੈਗੇ ਜੀ ਇਹਨਾਂ ਦਾ ਸੈਂਡ ਮਾਈਨਿੰਗ ਦੇ ਨਾਲ ਬਿਜ਼ਨਸ ਹੈ, ਇਸ ਲਈ ਆਪਾਂ ਨੂੰ ਨਹੀਂ ਰੱਖਣੇ ਚਾਹੀਦੇ। ਪਰ ਚੰਨੀ ਸਾਹਿਬ ਉਹਨਾਂ ਨੂੰ ਸਪੋਰਟ ਕਰ ਰਿਹਾ। ਚੰਨੀ ਸਾਹਿਬ ਦੇ ਆਪਦੇ ਰਿਸ਼ਤੇਦਾਰ ਦੇ ਖਿਲਾਫ਼ ਜਿਹੜਾ ਹੈਗਾ ਰੇਤ ਜਿਹੜਾ ਖਨਨ ਦਾ ਮਾਮਲਾ ਜਿਹੜਾ ਪੂਰਾ ਦਾ ਪੂਰਾ ਇਸ ਵੇਲੇ ਭਖਿਆ ਹੋਇਆ। ਸੋ ਇਹ ਸਾਰੀਆਂ ਦੀਆਂ ਸਾਰੀਆਂ ਆਈਆਂ ਤੋਂ ਐਂਡ 'ਚ ਸਾਹਮਣੇ ਇਹ ਗੱਲ ਆਈ ਹੈ ਕਿ ਸੋਨੀਆ ਗਾਂਧੀ ਇਹਨਾਂ ਲੀਡਰ ਦੇ ਨਾਲ ਕਾਫ਼ੀ ਖਫਾ ਹੋਈ ਅਤੇ ਉਹਨਾਂ ਨੇ ਜੀ ਇੱਕ ਸਬ ਕਮੇਟੀ ਬਣਾ ਦਿੱਤੀ ਹੈ ਜੀ, ਜਿਹੜੀ ਸੈਂਟਰਲ ਇਲੈਕਸ਼ਨ ਕਮਿਸ਼ਨ ਸੈਂਟਰਲ ਇਲੈਕਸ਼ਨ ਕਮੇਟੀ ਦੇ ਵਿੱਚ ਇੱਕ ਸਬ ਕਮੇਟੀ ਛੋਟੀ ਕਮੇਟੀ ਬਣਾ ਦਿੱਤੀ। AICC ਦੇ ਜਨਰਲ ਸੈਕਟਰੀ ਜਿਹੜੇ ਹੈਗੇ ਔਰਗਨਾਈਜੇਸ਼ਨ ਦੇ KC ਵੇਨੂ ਗੋਪਾਲ ਉਹ ਇਹਦੇ 'ਚ ਇਹਨੂੰ ਲੀਡ ਕਰਨਗੇ, ਨਾਲ ਅੰਬਿਕਾ ਸੋਨੀ ਹੋਣਗੇ ਅਤੇ ਪੰਜਾਬ ਦੀ ਜਿਹੜੀ ਸਕਰੀਨਿੰਗ ਕਮੇਟੀ ਹੈਗੀ ਆ ਅਜੇ ਮਾਕਨ ਉਹ ਇਹਦਾ ਮੈਂਬਰ ਵੀ ਹੋਣਗੇ। ਸੋ ਇਹਨਾਂ ਤਿੰਨਾਂ ਲੀਡਰਸ ਨੂੰ ਕਿਹਾ ਵੀ ਤੁਸੀਂ ਆ ਜਿਹੜੀਆਂ ਰਹਿੰਦੀਆਂ 31 ਸੀਟ ਜਿਹੜੀਆਂ ਸੀਟਾਂ ਨੇ ਇਹਦੇ 'ਤੇ ਕੈਂਡੀਡੇਟ ਫਾਈਨਲਾਈਜ਼ ਕਰ ਦਿਓ ਅਤੇ ਅਸੀਂ ਅਨਾਊਂਸ ਕਰੀਏ ਤਾਂ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਉਹ ਅੱਗੇ ਪ੍ਰਚਾਰ ਕਰਨ। ਦਿਨ ਤਾਂ ਥੋੜ੍ਹੇ ਜਿਹੇ ਰਹਿ ਗਏ, ਅੱਜ 25 ਤਰੀਕ ਹੋ ਚੱਲੀ ਜੀ ਅਤੇ 20 ਤਰੀਕ ਨੂੰ ਤਾਂ ਵੋਟਾਂ ਪੈਣੀਆਂ ਅਤੇ ਪ੍ਰਚਾਰ ਕਦੋਂ ਕਰਨਾ ਹੈ ਕਿ ਰੈਲੀਜ਼ ਦਾ ਹਾਲੇ ਤੱਕ ਕੋਈ ਪਤਾ ਨਹੀਂ ਵੀ ਰੈਲੀ ਕਿਵੇਂ ਕਰਨੀ ਆ, ਪ੍ਰਚਾਰ ਡੋਰ ਟੂ ਡੋਰ ਹੋਣਾ ਵਾ। ਸੋ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀਆਂ ਪ੍ਰੋਬਲਮਸ ਵੀ ਨੇ, ਉਹਨਾਂ ਨੂੰ ਫਿਰ ਮੌਕਾ ਹੀ ਨਹੀਂ ਮਿਲਣਾ। ਸੋ ਇਸ ਲਈ ਜਿਹੜੀ ਕਾਂਗਰਸ ਹੈ ਉਹ ਆਪਣਾ ਜਿਹੜਾ ਉਹਨਾਂ ਦਾ ਅੰਦਰੂਨੀ ਘਰੇਲੂ ਕਲੇਸ਼ ਹੈ ਉਹ ਮੁੱਕਣ 'ਚ ਹੀ ਨਹੀਂ ਆ ਰਿਹਾ। ਜਦ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਨੇ ਬਾਹਰ ਕੱਢਿਆ, ਸੋਚਿਆ ਤਾਂ ਇਹ ਜਾਂਦਾ ਸੀ ਸ਼ਾਇਦ ਉਸ ਤੋਂ ਬਾਅਦ ਇਹਨਾਂ ਦਾ ਕੰਮ ਕਾਜ ਵਧੀਆ ਹੋ ਜੂਗਾ, ਇਹ ਤਾਂ ਕਲੇਸ਼ ਹੋਰ ਵੱਧ ਗਿਆ ਜੀ ਇਹਨਾਂ ਦਾ ਜੀ। ਹੁਣ ਪੰਦੇਸ਼ ਸਾਹਿਬ, ਕਾਂਗਰਸ ਦੀ ਤਾਂ ਸੂਚੀ ਤਿਆਰ ਨਹੀਂ ਹੋ ਰਹੀ ਪਰ ਸੰਯੁਕਤ ਸਮਾਜ ਮੋਰਚਾ, ਇਹਨਾਂ ਦੀ ਅਜੇ ਤੱਕ ਰਜਿਸਟ੍ਰੇਸ਼ਨ ਹੀ ਨਹੀਂ ਹੋਈ, ਇਹਨਾਂ ਦਾ ਚੋਣ ਨਿਸ਼ਾਨ ਕੀ ਹੋਏਗਾ ਅਜੇ ਤੱਕ ਇਹੀ ਨਹੀਂ ਤੈਅ ਹੋਇਆ। ਵਾਸੂ ਜੀ, ਇੱਕ ਤਾਂ ਜਿਹੜੀ ਹੈਗੀ ਆ ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਦੀਆਂ 22 ਕਿਸਾਨ ਜਥੇਬੰਦੀਆਂ ਦਾ ਇੱਕ ਹੈਗਾ ਜੀ, ਨਾਲ ਚੜੂਨੀ ਸਾਹਿਬ ਦਾ ਜਿਹੜਾ ਹੈਗਾ ਸੰਯੁਕਤ ਸੰਘਰਸ਼ ਪਾਰਟੀ ਜਿਹੜੀ ਹੈਗਾ ਉਹ ਇਕੱਠੇ ਹੋ ਕੇ ਇਲੈਕਸ਼ਨ ਲੜ ਰਿਹਾ। ਇਹ 100 ਦੇ ਆਸ ਪਾਸ ਦਾ ਇਹਨਾਂ ਨੇ ਆਪਣੇ ਕੈਂਡੀਡੇਟ ਅਨਾਊਂਸ ਕਰ ਚੁੱਕੇ ਨੇ। ਇਹਨਾਂ 'ਚੋਂ ਇੱਕ ਬਹੁਤ ਹੀ ਜਿਹੜੀ ਅਹਿਮ ਗੱਲ ਆ ਕਿ ਮੌੜ ਤੋਂ ਇਹਨਾਂ ਨੇ ਲੱਖਾ ਸਧਾਣਾ ਨੂੰ ਟਿਕਟ ਦੇਣ ਦਾ ਫੈਸਲਾ ਕਰਤਾ। ਇਹਦੇ ਵਿੱਚ ਕਾਫ਼ੀ ਜਿਸ ਨੂੰ ਕਹਿੰਦੇ ਆ ਕਈ ਪਾਸੇ ਉਹ ਕਿੰਤੂ ਪਰੰਤੂ ਆ ਰਹੇ ਸੀ ਕਿ ਜਿਹੜੇ ਨੌਜਵਾਨ ਨੇ ਲੱਖਾ ਸਧਾਣਾ ਵਰਗੇ ਜਾਂ ਦੀਪ ਸਿੱਧੂ ਵਰਗੇ ਉਹਨਾਂ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੇਲੇ ਤੋਂ ਪਿਛਲੇ ਸਾਲ 26 ਜਨਵਰੀ ਦੇ ਇੰਸੀਡੈਂਟ ਤੋਂ ਬਾਅਦ ਉਹਨਾਂ ਨੇ ਦੂਰੀ ਰੱਖੀ ਹੋਈ ਸੀ ਅਤੇ ਨੌਜਵਾਨ ਤਬਕਾ ਕਈ ਜਿਹੜੇ ਸੀ ਕਿਸਾਨ ਨੇਤਾਵਾਂ ਦੇ ਨਾਲ ਇਸ ਗੱਲ ਦੇ ਉੱਤੇ
ਨਾਰਾਜ਼ ਵੀ ਚੱਲ ਰਹੇ ਸੀ ਸੋ ਹੁਣ ਉਹ ਇੱਕ ਤਾਂ ਨੇੜਤਾ ਬਣ ਗਈ ਉਹ ਆਪਣੇ ਮਸਲੇ ਸੁਲਝਾ ਰਹੇ ਨੇ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਜੀ ਇਹਦੇ ਬਾਰੇ ਪਿੱਛੇ ਜੇ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਰਾਘਵ ਚੱਡਾ ਨੇ ਇਸ ਗੱਲ ਤੇ ਓਬਜੈਕਸ਼ਨ ਕੀਤਾ ਸੀ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਇੱਕ ਓਬਜੈਕਸ਼ਨ ਪੀਰੀਅਡ ਹੁੰਦਾ ਤੁਸੀਂ ਜਦੋਂ ਕੋਈ ਨਵੀਂ ਪੋਲੀਟੀਕਲ ਪਾਰਟੀ ਆਪਣੇ ਆਪ ਨੂੰ ਰਜਿਸਟਰ ਕਰਦੀ ਹੈ ਤਾਂ ਉਹਦੇ ਤੁਸੀਂ ਓਬਜੈਕਸ਼ਨ ਪੀਰੀਅਡ ਪਹਿਲਾਂ 30 ਦਿਨਾਂ ਦਾ ਸੀ ਉਹਨੂੰ ਘਟਾ ਕੇ ਇੱਕ ਹਫ਼ਤੇ ਦਾ ਕਰਤਾ ਉਹਨਾਂ ਨੇ ਇਸ ਨੂੰ ਬਣਾ ਆਪਣਾ ਰੱਖ ਕੇ ਸਾਹਮਣੇ ਕਿਹਾ ਸੀ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਇਹਨੂੰ ਬੀਜੇਪੀ ਚਲਾ ਰਹੀ ਹੈ ਸੋ ਹੁਣ ਜਿਹੜੀ ਬੀਜੇਪੀ ਨੂੰ ਚਲਾਉਣ ਵਾਲਾ ਇਹ ਮੋਰਚਾ ਸੀ ਨਾ ਤਾਂ ਜੀ ਉਹਨਾਂ ਦੀ ਰਜਿਸਟਰੇਸ਼ਨ ਹੋ ਰਹੀ ਆ ਉਹਦੇ 'ਚ ਕਾਫ਼ੀ ਪ੍ਰੋਬਲਮਸ ਨੇ ਜਿਹੜਾ ਮੋਰਚਾ ਵਾ ਉਹ ਇਹ ਕਹਿ ਰਹੇ ਜੀ ਅਸੀਂ ਤਾਂ ਸਾਡੀ ਤਾਂ ਪਾਰਟੀ ਉਹ ਹੋਂਦ 'ਚ 25 ਦਸੰਬਰ ਨੂੰ ਆਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦਾ ਜੀ ਪਿਛਲੇ 1 ਸਾਲ ਦੀ ਇਨਕਮ ਟੈਕਸ ਰਿਟਰਨ ਚਾਹੀਦੀ ਹੈ ਔਰ ਇਹਨਾਂ ਕੋਲ 3 ਮਹੀਨਿਆਂ ਦੀ ਹੋਈ ਆ ਔਰ ਉਹ ਕਹਿੰਦੇ ਜੀ ਸਾਡੀ ਤਾਂ ਪਾਰਟੀ ਇਸ ਲਈ ਨਹੀਂ ਹੋ ਰਹੀ ਔਰ ਜਿਹੜਾ ਫਾਰਮ ਹੁੰਦਾ ਨਾ ਜਿਹਦੇ 'ਤੇ ਤੁਸੀਂ ਆਪਣੀ ਪਾਰਟੀ ਰਜਿਸਟਰ ਕਰਨੀ ਆ ਉਹਦੇ 'ਚ ਸੰਯੁਕਤ ਸਮਾਜ ਮੋਰਚਾ ਨੇ ਕਈ ਕਾਲਮ ਖਾਲੀ ਛੱਡੇ ਸੀ ਉਹਦੀ ਵੀ ਓਬਜੈਕਸ਼ਨ ਕੀਤਾ ਸੰਯੁਕਤ ਸਮਾਜ ਮੋਰਚਾ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਪ੍ਰੇਮ ਸਿੰਘ ਪੰਗੂ ਨੇ ਉਹ ਕਹਿੰਦੇ ਜੀ ਅਸੀਂ ਸਾਰੀਆਂ ਓਬਜੈਕਸ਼ਨਸ ਨੂੰ ਜਿਹੜਾ ਐਡਰੈਸ ਕਰਕੇ ਜਿਹੜੀ ਆਪਣੀ ਅਰਜ਼ੀ ਸੀ ਫਿਰ 17 ਦਸੰਬਰ ਨੂੰ ਫਿਰ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਸਬਮਿਟ ਕਰਤੀ ਸੀ ਪਰ ਉਸ ਤੋਂ ਲੈ ਕੇ ਹੁਣ ਤੱਕ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਕਿਸੇ ਚਿੱਠੀ ਦਾ ਕਿਸੇ ਫੋਨ ਦਾ ਜਵਾਬ ਨਹੀਂ ਦਿੱਤਾ ਜਿਹੜਾ ਮੋਰਚਾ ਵਾ ਉਹ ਕਹਿੰਦੇ ਨੇ ਜੀ ਸਾਨੂੰ ਇੱਕ ਜੁਆਇੰਟ ਇਲੈਕਸ਼ਨ ਸਿੰਬਲ ਚਾਹੀਦਾ ਟਰੈਕਟਰ ਤੇ ਜੇ ਇਹ ਨਹੀਂ ਮਿਲਦਾ ਤਾਂ ਫਿਰ ਅਲੱਗ ਅਲੱਗ ਕੈਂਡੀਡੇਟਸ ਨੂੰ ਕਿਸ ਤਰ੍ਹਾਂ ਖੜੇ ਕਰਨਗੇ ਤੇ ਉਹਨਾਂ ਨੂੰ ਉਹ ਪ੍ਰਚਾਰ ਕਿਵੇਂ ਕਰਨਗੇ ਉਹ ਨਹੀਂ ਮਿਲ ਰਿਹਾ ਉਹਦੇ ਨਾਲ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਔਰ ਗੱਲ ਉਹੀ ਫਿਰ ਉੱਥੇ ਆ ਜਾਂਦੀ ਹੈ ਅੱਜ ਤੋਂ ਜਿਹੜੇ ਹੈਗੇ ਨੋਮੀਨੇਸ਼ਨ ਸਟਾਰਟ ਹੋ ਜਾਣੇ ਕਦੋਂ ਰੈਕਗਨੀਸ਼ਨ ਹੋਊਗੀ ਕਦੋਂ ਇਲੈਕਸ਼ਨ ਸਿੰਬਲ ਮਿਲਣਾ ਸੋ ਇਹ ਦਿੱਕਤਾਂ ਜਿਹੜੀਆਂ ਹੈਗੀਆਂ ਨਵੀਂ ਪਾਰਟੀ ਨੂੰ ਜਾਂ ਜੇ ਤੁਸੀਂ ਇਹ ਕਹਿ ਸਕਦੇ ਹੋ ਜਿਹੜਾ ਪਹਿਲਾ ਖਦਸ਼ਾ ਜਤਾਇਆ ਜਾਂਦਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਸਿਆਸਤ ਕਰਨ ਦਾ ਔਰ ਜਿਹੜੀਆਂ ਜਿਹੜੀ ਇਲੈਕਟੋਰਲ ਪੋਲੀਟਿਕਸ ਕਰਨ ਦਾ ਚੋਣਾਂ ਲੜਨ ਦਾ ਕਿਉਂਕਿ ਇਹਨਾਂ ਕੋਲ ਐਕਸਪੀਰੀਅੰਸ ਨਹੀਂ ਹੈ ਇਹਨਾਂ ਨੂੰ ਖਾਸੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਔਰ ਉਹ ਗੱਲ ਹੁਣ ਸੱਚੀ ਹੋ ਰਹੀ ਹੈ ਜੀ ਪੰਦੇਸ਼ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਰੇਤ ਦੀ ਇਲੀਗਲ ਮਾਈਨਿੰਗ ਦਾ ਜਿਹੜਾ ਮੁੱਦਾ ਹੈ ਇਹ ਜਿਉਂ ਜਿਉਂ ਇਲੈਕਸ਼ਨਸ ਨੇੜੇ ਆ ਰਹੇ ਨੇ ਹੋਰ ਭਖਦਾ ਜਾ ਰਿਹਾ ਹੁਣ ਸਾਰੇ ਲੀਡਰਸ ਵੱਲੋਂ ਇੱਕ ਦੂਜੇ 'ਤੇ ਦੋਸ਼ ਲਗਾਏ ਜਾ ਰਹੇ ਨੇ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਮੇਰੇ ਆਪਣੀ ਪਾਰਟੀ ਦੇ ਬਹੁਤ ਸਾਰੇ ਲੋਕ ਇਹਦੇ ਵਿੱਚ ਸ਼ਾਮਿਲ ਸਨ ਕਹਿੰਦੇ ਮੈਂ ਉਹਨਾਂ ਖਿਲਾਫ਼ ਐਕਸ਼ਨ ਨਹੀਂ ਲੈ ਸਕਿਆ ਮੇਰੀ ਗਲਤੀ ਹੈ ਵਾਸੂ ਜੀ ਇਕੱਲੀ ਗਲਤੀ ਨਹੀਂ ਕਿਹਾ ਉਹਨਾਂ ਨੇ ਬੜਾ ਸੰਗੀਨ ਜਿਹੜਾ ਸੀਗਾ ਇਲਜ਼ਾਮ ਸੋਨੀਆ ਗਾਂਧੀ ਰਾਹੁਲ ਗਾਂਧੀ ਔਰ ਪ੍ਰਿਅੰਕਾ ਗਾਂਧੀ ਦੇ ਉੱਪਰ ਵੀ ਲਾਇਆ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਸਾਰੇ ਜਿਹੜੇ ਕਈ ਮੰਤਰੀ ਔਰ MLA ਜਿਹੜੇ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਇਨਵੋਲਵ ਸੀਗੇ ਉਹਨਾਂ ਦੀ ਡਿਟੇਲਸ ਸੋਨੀਆ ਗਾਂਧੀ ਨੂੰ ਭੇਜੀਆਂ ਤੇ ਉਹਨਾਂ ਨੇ ਟਾਲਮ ਟੋਲ ਕਰਕੇ ਉਹ ਐਕਸ਼ਨ ਨਹੀਂ ਜੇ ਹੋਣ ਦਿੱਤਾ ਤੇ ਉਹਨਾਂ ਨੇ ਇੱਥੇ ਅੱਗੇ ਵੀ ਗੱਲ ਕੀਤੀ ਹੈ ਕਿ ਹੁਣ ਬਿਲਕੁਲ ਇਹ ਜ਼ਾਹਿਰ ਹੋ ਚੁੱਕਿਆ ਕਿ ਨਵਜੋਤ ਸਿੱਧੂ ਨੇ ਜਿਹੜੇ ਇਹ ਗੈਰ ਕਾਨੂੰਨੀ ਧੰਦੇ 'ਚ ਲੋਕੀ ਇਨਵੋਲਵ ਨੇ ਉਹਨਾਂ ਨੂੰ ਵੀ ਪ੍ਰੋਟੈਕਟ ਕੀਤਾ ਬਈ ਆਪਣੀ ਜਿਹੜੀ ਅਸੀਂ ਪੋਲੀਟੀਕਲ ਐਂਬੀਸ਼ਨ ਪੂਰੀ ਕਰਨ ਵਾਸਤੇ ਉਹਨਾਂ ਨੇ ਬਈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਇਲਜ਼ਾਮ ਲਗਾਏ ਔਰ ਰੇਤ ਮਾਫੀਆ ਵੀ ਇੱਕ ਉਹਨਾਂ 'ਚੋਂ ਇਲਜ਼ਾਮ ਸੀ ਔਰ ਇਹ ਕਹਿੰਦੇ ਕਰਪਸ਼ਨ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਪਰ ਜਿਹੜਾ ਸਭ ਤੋਂ ਜ਼ਬਰਦਸਤ ਸੀਗਾ ਜੀ ਉਹ ਬਿਕਰਮ ਸਿੰਘ ਮਜੀਠੀਆ ਵੱਲੋਂ ਪਿਛਲੇ ਦਿਨੇ ਵੀਕਐਂਡ ਦੇ ਉੱਤੇ ਇਹ ਸੀਗਾ ਜੀ ਕਿ ਉਹਨਾਂ ਨੇ ਇੱਕ ਸਟਿੰਗ ਓਪਰੇਸ਼ਨ ਦੀਆਂ ਇੱਕ ਪ੍ਰੈਸ ਕਾਨਫਰੰਸ ਸਟਿੰਗ ਓਪਰੇਸ਼ਨ ਦਿਖਾਇਆ ਜਿਹਦੇ ਵਿੱਚ ਚੰਨੀ ਦੇ ਜਿਹੜਾ ਰਿਸ਼ਤੇਦਾਰ ਆ ਜਿਹੜਾ ਭਾਣਜਾ ਜਿਹੜਾ ਉਹਨਾਂ ਦਾ ਭੁਪਿੰਦਰ ਸਿੰਘ ਹਨੀ ਉਹਨੂੰ ਦਿਖਾਇਆ ਗਿਆ ਕਿ ਉਹਦੇ ਕੋਲ ਜਿਹਦੇ ਕੋਲ ਪੈਸੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਈ 10 ਕਰੋੜ ਤੋਂ ਉੱਤੇ ਬਰਾਮਦ ਕੀਤੇ ਨੇ ਉਹ ਚੰਨੀ ਉਹਨਾਂ ਦਾ ਇਹ ਕਹਿਣਾ ਸੀ ਵੀ ਮੇਰਾ ਆਪਣੇ ਭਾਣਜੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਕਰਮ ਮਜੀਠੀਆ ਨੇ ਦਿਖਾ ਦਿੱਤਾ ਕਿ ਕਿਸ ਤਰ੍ਹਾਂ ਉਹਨੂੰ ਸਿਕਿਉਰਿਟੀ ਮਿਲੀ ਹੋਈ ਆ ਉਹਨੂੰ ਸਾਰਾ ਕੁਛ ਉਹਦੇ ਅਫਸਰ ਉਹਨੂੰ ਮਿਲਦੇ ਨੇ ਇੱਕ ਸਟਿੰਗ ਓਪਰੇਸ਼ਨ ਕੋਈ ਦਰਸ਼ਨ ਸਿੰਘ ਦਾ ਸੀਗਾ ਜੀ ਉਹਨਾਂ ਨੇ ਦਿਖਾਇਆ ਕਿਸ ਤਰ੍ਹਾਂ ਚੰਨੀ ਦੀ ਕੌਨਸਟੀਟੂਐਂਸੀ ਚਮਕੌਰ ਸਾਹਿਬ ਦੇ ਵਿੱਚ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲਦਾ ਸੀ ਜੋ ਕਾਫ਼ੀ ਜਿਹੜੇ ਹੈਗਾ ਇਹਦੇ ਹਮਲਾਵਰ ਹੋਏ ਸੀ ਬਿਕਰਮ ਸਿੰਘ ਮਜੀਠੀਆ ਚੰਨੀ ਦੇ ਉੱਤੇ ਇਸ ਦੇ ਨਾਲ ਹੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਉਹਨਾਂ ਗਵਰਨਰ ਕੋਲ ਹੋਏ ਕਿ ਜੀ ਉਹਨਾਂ ਗਵਰਨਰ ਕੋਲ ਪਹੁੰਚੇ ਉਹਨਾਂ ਨੇ ਮੀਟਿੰਗ ਦਿੱਤੀ ਔਰ ਮੈਮੋਰੈਂਡਮ ਦਿੱਤਾ ਕਿ ਜਿਹੜੇ ਚੰਨੀ ਹੈ
ਇਹ ਡਾਇਰੈਕਟਲੀ ਇਨਵੋਲਵਡ ਹੈ ਇਲੀਗਲ ਜਿਹੜੀ ਸੈਂਡ ਮਾਈਨਿੰਗ ਹੈ ਇਸ ਕੰਮ ਦੇ ਵਿੱਚ ਡਾਇਰੈਕਟ ਇਹ ਸਿੱਧੀ ਤਰ੍ਹਾਂ ਇਨਵੋਲਵਡ ਨੇ ਪੈਸੇ ਆ ਰਹੇ ਹੈ ਇਹਦੇ ਵਿੱਚੋਂ ਔਰ ਪਿਛਲੇ ਜਿਹੜਾ 110-11 ਦਿਨਾਂ ਦੇ ਵਿੱਚ ਇਹਨਾਂ ਨੇ ਕਰੋੜਾਂ ਰੁਪਈਏ ਇਕੱਠੇ ਕਰ ਲਏ ਅਤੇ ਇਹਦੀ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਸਾਰੀ ਦੀ ਸਾਰੀ ਸੋ ਇਹ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਜਿਹੜਾ ਹੈਗਾ ਇੱਕ ਤਾਂ ਚਲੋ ਇਲੀਗਲ ਇੱਕ ਗੈਰ ਕਾਨੂੰਨੀ ਧੰਦਾ ਤਾਂ ਚੱਲੇ ਰਿਹਾ ਪਰ ਗੱਲ ਵਾਸੂ ਜੀ ਗੱਲ ਇਹ ਆ ਕਿ ਜਿਹੜੇ ਲੋਕਾਂ ਦੇ ਆਮ ਮੁੱਦੇ ਨੇ ਲੋਕਾਂ ਦੀ ਜਿਹੜਾ ਆਮ ਲੋਕਾਂ ਦਾ ਜਿਹੜਾ ਬੁਨਿਆਦੀ ਮੁੱਦਾ ਵਾ ਕਿ ਉਹਨਾਂ ਦੀ ਕੋਈ ਜਿਹੜੀ ਆਮਦਨੀ ਦੇ ਸਾਧਨ ਨਹੀਂ ਬਣ ਰਹੇ ਲੋਕੀ ਕਿਸਾਨ ਜਿਹੜੇ ਹੈਗੇ ਆ ਉਹ ਜ਼ਮੀਨਾਂ ਵੇਚ ਰਹੇ ਆ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਨਵਾਂ ਕੁਛ ਮਿਲਦਾ ਨਹੀਂ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਆ ਉਹ ਇੱਥੇ ਤੱਕ ਖਰਾਬ ਹੋ ਗਿਆ ਕਿ ਖੋਹ ਖਿੱਚਾਂ ਦਾ ਕੰਮ ਚੱਲਦਾ ਸਾਰੇ ਪਾਸੇ ਸੋ ਉਹਨੂੰ ਉਸ ਤੋਂ ਵੀ ਇੱਕ ਇਹ ਤਰੀਕਾ ਬਣਾਇਆ ਜਾ ਰਿਹਾ ਕਿ ਜੇ ਅਸੀਂ ਇਹ ਸੈਂਡ ਜਿਹੜੀ ਮਾਈਨਿੰਗ ਆ ਜਿਹੜੀ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਇਹਦੇ ਉੱਤੇ ਹੀ ਅਸੀਂ ਰਹੀਏ ਤਾਂ ਇੱਕ ਦੂਜੇ ਉੱਤੇ ਦੱਸੀ ਜਾਈਏ ਔਰ ਇਹਦੇ 'ਚ ਵੀ ਇਹਦੇ 'ਚ ਹੀ ਸਿਆਸਤ ਦਾ ਸਾਡਾ ਚੱਲੀ ਜਾਵੇ ਅਤੇ ਬਾਹਲਾ ਸਾਨੂੰ ਰੌਲਾ ਨਾ ਪਾਉਣਾ ਪਵੇ ਪੋਲੀਟੀਕਲ ਪਾਰਟੀ ਇਹ ਭੁੱਲ ਜਾਂਦੀਆਂ ਨੇ ਕਿ ਲੋਕਾਂ ਨੂੰ ਪਤਾ ਕਿ ਤੁਸੀਂ ਸਾਰੇ ਇੱਕੋ ਜਿਹੇ ਹੋ ਜਦੋਂ ਤੁਹਾਡਾ ਇਹ ਗੈਰ ਕਾਨੂੰਨੀ ਚਾਹੇ ਰੇਤੇ ਦਾ ਹੋਵੇ ਚਾਹੇ ਸ਼ਰਾਬ ਦਾ ਹੋਵੇ ਟਰਾਂਸਪੋਰਟ ਦਾ ਹੋਵੇ ਚਾਹੇ ਹੋਰ ਕੋਈ ਵੀ ਗੈਰ ਕਾਨੂੰਨੀ ਕਾਰੋਬਾਰ ਹੋਵੇ ਇਹ ਸਿਆਸੀ ਲੀਡਰ ਇੱਕ ਦੂਜੇ ਦੀ ਮਦਦ ਕਰਦੇ ਆ ਤੇ ਜਦੋਂ ਸਰਕਾਰ ਆਉਂਦੀ ਆ ਤਾਂ ਦੂਸਰੇ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਨੂੰ ਵੀ ਬਚਾਉਂਦੇ ਆ ਸੋ ਇਹ ਸਾਰੀ ਦੀ ਸਾਰੇ ਜਿਹੜਾ ਇੰਸੀਡੈਂਟ ਆ ਲੋਕਾਂ ਨੂੰ ਤਾਂ ਪੂਰੀ ਦਾ ਪੂਰਾ ਪਤਾ ਵਾ ਪਰ ਇਹ ਫੇਲ ਵੀ ਹੁਣ ਜਿਹੜੇ ਸਿਆਸੀ ਲੀਡਰ ਨੇ ਲੋਕਾਂ ਦੀਆਂ ਅੱਖਾਂ 'ਚ ਰੇਤਾ ਪਾਉਣਾ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਵੇ ਜੀ ਪੰਦੇਰ ਸਾਹਿਬ ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਕੱਲ੍ਹ ਫਿਰ ਗੱਲਬਾਤ ਹੋਏਗੀ ਜੀ ਬਹੁਤ ਬਹੁਤ ਮਿਹਰਬਾਨੀ ਜੀ